ਹਰ ਪਾਤ ਨਿਹਨ ਜੈ ਰੂਪ ਰੰਗ ਅਰ ਲੇਖ ਪੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਪਉ ਪ੍ਰਕਾਸ਼ ਮਿੱਥੋ ਜਿ ਕਹਿਜੈ ਕੋਟਿੰਦਰਿੰਦਰਾਂ ਸਾਹੇ ਸਾਹਣ ਗਿਜੈ ਤ੍ਰਿਪਵਣ ਮਹੀਪ ਸੁਰ ਨਰ ਸੁਰ ਨੇਤ ਨੇਤ ਮਨ ਕਿਰਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰੀ ਅਰਤੀ ਸਹਿਬ ਸਰੋਹੀ ਸਹਿਤੀ ਜਹਿ ਹਮਾਰੇ ਪੀ ਤੀਰ ਤੁਹੀ ਸਹਿਤੀ ਤੁਹੀ ਤਵਰ ਤਰਵਾਰ ਨਾਮ ਤਿਹਾਰੋ ਜੋ ਜਪੈ ਐ ਸਿੰਧ ਪਵ ਪਾਰ ਕਾਲ ਤੁਹੀ ਕਾਲੀ ਤੁਹੀ ਦੇਵੀ ਅਰਤੀਰ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਬੀਰ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੂ ਵਾਰੀ ਸਰਬ ਠਾਰ ਮੋਹੋ ਸਹਾਈ ਦੁਰਟ ਦੋਖ ਤੇ ਲਿਹੂ ਬਚਾਈ ਨਮਸ਼ਕਾਰ ਸ੍ਰੀ ਖੜਗ ਕੋ ਕਰੋ ਸੋਹਿਤ ਚਿਤਲਾਏ ਪੂਰਨ ਕਰੋ ਗ੍ਰੰਥੇ ਤੁਮ ਕਰੋ ਸਹਾਇ ਮੂਖ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜਉ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਵਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਵਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਸਾਹਿਬ ਜੀਓ ਤੋਟਕ ਛੰਦ ਤੈ ਪ੍ਰਸਾਦ ਨਵਨੇਵਰ ਨਾਦ ਸੁਰੰਗ ਨਿਰਮਲੰ
ਮੁਖ ਬਿਜਲ ਜਵਾਲ ਘਣੰ ਪਰ ਜੁਲੰ ਮਦਰਾ ਕਰ ਮਤ ਮਹਾ ਭਬਕੰ ਬਨ ਮੈ ਮਨੋ ਬਾਗ ਬਚਾ ਬਬਕੰ ਤੋਟਕ ਛੰਦ ਤਵੈ ਪ੍ਰਸਾਦ ਨਵ ਨੇਵਰ ਨਾਦ ਸੁਰੰ ਨਿਰਮਲੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਨੀ ਪਵਿੱਤਰ ਬਾਣੀ ਦੀ ਵਿਚਾਰ ਜੋ ਕਾਫੀ ਸਮੇਂ ਤੋਂ ਵੱਡ ਤੋਂ ਹੀ ਪ੍ਰਾਰੰਭ ਹੋਈ ਹੋਈ ਹੈ, ਆਪਾਂ ਸੰਗਤ ਰੂਪ ਵੀ ਜੁੜ ਕੇ ਚੌਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੰਗਤ ਰੂਪ ਵਿੱਚ ਜੁੜ ਕੇ ਸਰਵਣ ਕਰਦੇ ਹਾਂ। ਕੱਲ ਵਿਚਿੱਤਰ ਨਾਟਕ ਦੀਆਂ 52 ਪੌੜੀਆਂ ਪੂਰੀਆਂ ਹੋ ਗਈਆਂ ਸਨ। ਅਗਲੇ 53ਵੀਂ ਪੌੜੀ ਦਾ ਜਿਹੜਾ ਪਾਠ ਹੈ, 53ਵੀਂ ਪੌੜੀ, ਉਹ ਧੋਟਕ ਛੰਦ ਵਿੱਚ ਆਪ ਜੀ ਨੇ ਉਚਾਰਨ ਕੀਤੀਆਂ ਹੈ। ਇਹ ਜਿੰਨੀਆਂ ਪੌੜੀਆਂ ਆਪ ਜੀ ਨੇ ਧੋਟਕ ਛੰਦ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਉਚਾਰਨ ਕੀਤੀਆਂ ਹੈ, ਉਹ ਪ੍ਰਾਰੰਭ ਹੋ ਰਹੀਆਂ। ਇਹਨਾਂ ਪੌੜੀਆਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜਾ ਮਹਾਂਕਾਲ ਹੈ ਉਹਦਾ ਰੂਪ ਬੰਨ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਵਡਿਆਈ ਕੀਤੀ ਹੈ। ਇੱਥੇ ਜਲਸ ਤੋਂ ਹੀ ਤਲਸ ਤੋਂ ਹੀ ਬਨਸ ਤੋਂ ਹੀ ਕਿਹਾ, ਕੋਈ ਜਲ ਰੂਬੀ ਤੋਂ ਹੀ ਹੈ, ਮਾਰੂ ਥਲਵੀ ਤੋਂ ਹੀ ਹੈ, ਜੰਗਲ ਵੀ ਤੋਂ ਹੀ ਹੈ। ਇਸ ਤਰ੍ਹਾਂ ਅਚਲ ਰੂਪ ਵੀ ਤੋਂ ਹੀ ਹੈ, ਵਿਚਰਨ ਵਾਲਾ ਵੀ ਤੋਂ ਹੀ ਹੈ। ਇਸੇ ਤਰ੍ਹਾਂ ਜਲਾਂ ਵਿੱਚ ਵੀ ਤੂੰ ਹੀ ਹੈ, ਥਲਾਂ ਵਿੱਚ ਵੀ ਤੂੰ ਹੀ ਹੈ। ਇਹ ਦੋਵੇਂ ਪ੍ਰਕਰਨ ਵੀ ਜਲ ਰੂਪ ਵੀ ਤੂੰ ਹੀ ਹੈ, ਮਾਰੂ ਥਲ ਵੀ ਤੂੰ ਹੀ ਹੈ। ਜਿੱਥੇ ਰੇਤਾ ਉੱਡਦਾ ਟਿੱਬੇ ਟਿੱਬੇ, ਉਹ ਜਿਹੜਾ ਜਲਸਾ ਉਹ ਵੀ ਤੂੰ ਹੀ ਹੈ, ਉਹ ਮਾਰੂ ਥਲ ਵੀ ਤੂੰ ਹੀ ਹੈ। ਇੱਥੇ ਉਸੇ ਪ੍ਰਕਾਰ ਅਨੁਸਾਰ ਵੀ ਜਿਹੜਾ ਮਹਾਂਕਾਲ ਰੂਪ, ਉਹ ਵੀ ਪਰਮੇਸ਼ਰ ਤੂੰ ਹੀ ਬਣਿਆ ਹੋਇਆ ਹੈ, ਤੈਨੇ ਬਣਾਇਆ ਹੈ। ਇਹ ਮਨ ਜੋ ਆਪ ਹੀ ਉਹ ਕਹਿੰਦੇ ਮਹਾਂਕਾਲ ਇਹੋ ਜਿਹੇ ਭਿਆਨਕ ਰੂਪ ਵਾਲਾ ਬਣ ਰਿਹਾ ਹੈ, ਸਭ ਕੁਛ ਤੋਂ ਹੀ ਹੈ। ਉਸੇ ਰੂਪ ਕੋ ਦੁਆਰਾ ਉਹ ਮਹਾਂਕਾਲ ਦਾ ਜਿਹੜਾ ਉਹ ਭਿਆਨਕ ਜਿਹਾ ਰੂਪ ਹੈ, ਉਹਦੀ ਨਿਮਹਿਮਾ ਕਰਦੇ ਹੋਏ ਇਹ ਅਕਾਲ ਪੁਰਖ ਦੀ ਉਸਤੀ ਕਰ ਰਹੇ ਹਨ।
ਨਵ ਨੇਵਰ ਨਾਦ ਸੁਰੰਗ ਨਿਰਮਲੰ। ਵਰਾ ਕਹਿ ਰਿਹਾ ਖਾਲਸਾ ਜੀ, ਜਿਹੜਾ ਉਹ ਮਹਾਂਕਾਲ ਹੈ ਉਹਦੇ ਚਰਨਾਂ ਦੇ ਵਿੱਚ ਜਿਹੜੇ ਕੋਈ ਨੇਵਰ ਜੇ ਹੈ, ਕੋਟੇ ਜੇ, ਝਾਂਜਰਾਂ ਜੇ ਪਾਈਆਂ ਹਨ, ਉਹਦਾ ਜਿਹੜਾ ਨਾਦ ਹੈ, ਸ਼ਬਦ ਹੈ, ਆਵਾਜ਼ ਹੈ, ਉਹ ਬੜੀ ਕਹਿੰਦੇ ਨਾ ਬੰਨ ਸੁਬੰਨੀ ਨਿਰਮਲ ਨਿਕਲੀ ਹੈ, ਸ਼ੁੱਧ ਨਿਕਲ ਰਹੀ ਹੈ। ਆ ਜਿਹੜੇ ਕੋਈ ਪੋਂਟੇ ਜੇ ਪਾਏ, ਝਾਂਜਰਾਂ ਜਿਹੀਆਂ ਪਾਈਆਂ, ਉਹਨਾਂ ਦੇ ਵਿੱਚੋਂ ਜਿਹੜੀ ਸ਼ਬਦ ਦੀ ਆਵਾਜ਼ ਹੈ, ਉਹ ਵੰਨ ਸੁਵੰਨੀ ਤੇ ਨਿਰਮਲੋਂ ਸ਼ੁੱਧ ਨਿਕਲਦੀ ਹੈ। ਮੁਖ ਬਿਜਲ ਜਵਾਲ ਘਣੰ ਪਰ ਜੁਲੰ। ਜਿਹੜਾ ਮਹਾਂਕਾਲ ਦਾ ਮੁਖ ਹੈ ਉਹ ਇਉਂ ਸੋਹਦਾ ਹੈ, ਬਿਜਲ ਜਵਾਲ ਕਣੋ ਪ੍ਰਜਲੋ, ਜਿਵੇਂ ਕਹਿੰਦੇ ਬਿਜਲੀ ਉਹ ਕਣ ਬੱਦਲਾਂ ਦੇ ਵਿੱਚ ਪ੍ਰਜਲੋ ਕੀ ਲਿਸ਼ਕਦੀ ਹੋਵੇ, ਜਾਂ ਜਿਵੇਂ ਬਿਜਲ ਜਵਾਲ ਬਿਜਲੀ ਦੀ ਤੇ ਜਵਾਲ ਨਾਲ ਅਗਨੀ ਦਾ ਹੁੰਦਾ, ਜੁਲਜੁਲਤ ਅਗਨੀ ਜਿਹੜੀ ਲਾਟਾਂ ਕੱਢ ਰਹੀ ਅਗਨੀ, ਉਹਨੂੰ ਜਵਾਲ ਕਿਹਾ, ਪ੍ਰਜਵਲਤ ਅਗਨੀ ਲਟ ਲਟ ਕਰਕੇ ਬਰ ਰਹੀ ਅੱਗ। ਇਸ ਤਰ੍ਹਾਂ ਕਹਿੰਦੇ ਜੇ ਕਾਲੇ ਬੱਦਲਾਂ ਵਿੱਚੋਂ ਬਿਜਲੀ ਲਿਸ਼ਕਦੀ ਹੋਵੇ, ਜਾਂ ਜਿਵੇਂ ਜਿਹੜੀ ਜਵਾਲ ਹੈ ਅਗਨੀ ਪ੍ਰਜਵਲਤ ਹੋਵੇ ਤੇ ਉਹਦਾ ਪ੍ਰਜਲੋਂ ਕੀ ਪ੍ਰਕਾਸ਼ ਹੋਵੇ, ਉਹ ਪ੍ਰਕਾਸ਼ ਕਰ ਰਹੀ ਹੋਵੇ, ਇਸ ਤਰ੍ਹਾਂ ਆਪ ਜੀ ਦੇ ਮੁਖ ਦੀ ਸੋਭਾ ਹੈ। ਮਦਰਾ ਕਰ ਮਤ ਮਹਾਂਭਵਕੰ। ਜਿਵੇਂ ਕਹਿੰਦੇ ਹਾਥੀ ਨੂੰ ਕੋਈ ਸ਼ਰਾਬ ਜੀ ਪਿਆ ਪਿਆ ਕੇ ਮਸਤ ਕੀਤਾ ਹੋਵੇ, ਤੇ ਫਿਰ ਮਸਤ ਹੋਇਆ ਹੀ ਚੱਲਦਾ ਹੁੰਦਾ ਨਾ, ਝੂਲਾ ਹੋਇਆ ਚੱਲਦਾ ਹੁੰਦਾ ਹੈ। ਇਸ ਤਰ੍ਹਾਂ ਆਪ ਦੀ ਜਿਹੜੀ ਚਾਲ ਹੈ ਨਾ, ਉਹ ਮਸਤ ਹਾਥੀ ਵਰਗੀ ਹੈ। ਤੇ ਮਹਾਂਭਵਕ ਨੂੰ ਆਪ ਜੀ ਦਾ ਜਿਹੜਾ ਭਵਕਣਾ ਹੈ, ਆਪ ਜੀ ਦਾ ਜਿਹੜਾ ਕੋਈ ਭਵਕ ਮਾਰਨੀ ਉੱਚੀ ਬੋਲਣਾ ਹੈ, ਇਸ ਤਰ੍ਹਾਂ ਹੈ। ਬਨ ਮੈਂ ਮਨੋ ਬਾਗ ਬਚਾ ਬਬਕੰ। ਜਿਵੇਂ ਕਹਿੰਦੇ ਜੰਗਲ ਦੇ ਵਿੱਚ ਜਿਵੇਂ ਕੋਈ ਬਾਗ ਸ਼ੇਰ ਦਾ ਜਿਹੜਾ ਬੱਚਾ ਹੈ ਉਹ ਭਾਪਾ ਮਾਰਦਾ ਹੋਵੇ, ਸ਼ੇਰ ਦਾ ਬੱਚਾ ਬੋਲਦਾ ਹੋਵੇ ਨਾ, ਇਸ ਤਰ੍ਹਾਂ ਕਹਿੰਦੇ ਆਪ ਜੀ ਦਾ ਜਿਹੜਾ ਮੁੱਖ ਤੋਂ ਬੋਲਣਾ ਹੈ ਉਹ ਸ਼ੇਰ ਦੀ ਭਵਕ ਜੇ ਬੱਚੇ ਵਾਂਗ ਭਾਗੂ ਹੈ, ਉਹ ਭਗਤ ਉੱਚੀ ਆਵਾਜ਼ ਨਾਲ ਬੋਲਦੇ ਹੋ। ਭਵ ਭੂਤ ਭਵਿੱਖ ਭਵਾਨ ਭਵੰ। ਫਿਰ ਭਵ ਕੀ ਸੰਸਾਰ ਦੇ ਵਿੱਚ ਪਿਛਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਭਵਾਨ, ਹੁਣ ਵਰਤਮਾਨ ਸਮੇਂ ਵਿੱਚ ਵੀ ਆਪ ਭਵੋ ਕੀ ਮਿਲ ਰਹੇ ਹੋ, ਔਰ ਤਿੰਨਾਂ ਸਮਿਆਂ ਵਿੱਚ ਹੀ ਆਪ ਮਿਲ ਰਹੇ ਹੋ। ਕਲ ਕਾਰਨ ਉਬਾਰਨ ਏਕ ਤੁਵੰ। ਤੁਸੀਂ ਮਹਾਰਾਜ ਸੁੰਦਰਤਾ ਦਾ ਕਾਰਨ ਹੈ,
ਤੋਂ ਹੀ ਜਿਹੜਾ ਕਲ ਹੈ ਕਲ ਯੁਗ ਦਾ ਕਾਰਨ ਹੈ ਤੇ ਇਸੇ ਤਰ੍ਹਾਂ ਜਿਹੜੀ ਕਲ ਸ਼ਾਂਤੀ ਹੈ ਉਹਦੇ ਪੈਦਾ ਕਰਨ ਦਾ ਵੀ ਤੂੰ ਹੀ ਹੈ ਤੇ ਕਲ ਕਾਰਨ ਉਬਾਰਨ ਏਕ ਤੂੰ ਹੀ ਇੱਕ ਜਿਹੜੀ ਕਲ ਕੀ ਅਵਿਦਿਆ ਹੈ ਉਹ ਤੋਂ ਬਚਾਉਣ ਵਾਲਾ ਤੂੰ ਹੀ ਇੱਕ ਕਾਰਨ ਹੈ ਭਾਵੇਂ ਤੂੰ ਹੀ ਜਿਹੜੀ ਇਹ ਕਲ ਕੀ ਅਵਿਦਿਆ ਹੈ ਜਾਂ ਕੱਲ ਨੂੰ ਜੰਗ ਯੁੱਧਾ ਹੁੰਦਾ ਜੰਗ ਦਾ ਕਾਰਨ ਵੀ ਤੂੰ ਹੀ ਹੈ ਇਹ ਜੰਗਾਂ ਯੁੱਧਾਂ ਤੋਂ ਬਚਾਉਣ ਵਾਲਾ ਵੀ ਕਾਰਨ ਤੂੰ ਹੀ ਹੈ ਸਭ ਠੌਰ ਨਿਰੰਤਰ ਨਿਤ ਨਯੰ ਸਾਰੀਆਂ ਜਗਾਵਾਂ ਦੇ ਵਿੱਚ ਨਿਰੰਤਰ ਕੀ ਇੱਕ ਰਾਸ ਹਮੇਸ਼ਾ ਤੂੰ ਨਵੀਨ ਰੂਪ ਹੈ ਨਵੇਂ ਰੂਪ ਵਿੱਚ ਹੀ ਸੁਜੋਭਤ ਹੈ ਮ੍ਰਿਦ ਮੰਗਲ ਰੂਪ ਤਵੰ ਸੁਭਿਅੰ ਆਪ ਜੀ ਦਾ ਬੜਾ ਮ੍ਰਿਦ ਕੋਮਲ ਸੁਭਾਅ ਹੈ ਇਸੇ ਤਰ੍ਹਾਂ ਮੰਗਲ ਸਰੂਪ ਹੈ ਤਵੰ ਸੁਮ ਆਪ ਜੀ ਦਾ ਜਿਹੜਾ ਸੁਭਾਅ ਬੜਾ ਕੋਮਲ ਸੁਭ ਰਿਹਾ ਹੈ ਆਪ ਦਾ ਜਿਹੜਾ ਸਰੂਪ ਹੈ ਬੜਾ ਮੰਗਲ ਰੂਸ ਹੋ ਰਿਹਾ ਮੰਗਲ ਰੂਸ ਸੁਭਾਅ ਤੁਹਾਡਾ ਕੋਮਲ ਸੁਭਾਅ ਤੇ ਮੰਗਲ ਰੂਪ ਆਪ ਜਿਹਦਾ ਜਿਹੜਾ ਸਰੂਪ ਹੈ ਸੋਭ ਰਿਹਾ ਹੈ ਦ੍ਰਿੜ ਦਾੜ ਕਰਾਲ ਦਸੇਤ ਉਦੰ ਇਸੇ ਤਰ੍ਹਾਂ ਆਪ ਜੀ ਦੀਆਂ ਮੁੱਖ ਦੀਆਂ ਜਿਹੜੀਆਂ ਦਾੜ ਕੀ ਜਾੜਾਂ ਹਨ ਬੜੀਆਂ ਦ੍ਰਿੜ ਮਜ਼ਬੂਤ ਹੈ ਕਿਰਾਲ ਹੈ ਭਿਆਨਕ ਹੈ ਦੋਵੇਂ ਤੇ ਚਿੱਟੀਆਂ ਹਨ ਜਾੜਾਂ ਤੇ ਉਦੋਂ ਕੀ ਉੱਚੀਆਂ ਵੀ ਬਹੁਤ ਹਨ ਜਿਹ ਭਾਜਤ ਦੁਸ਼ਟ ਬਿਲੋਕ ਜੁਦੰ ਜਿੰਨਾ ਭੂਆ ਭਿਆਨਕ ਜਾੜਾਂ ਨੂੰ ਉੱਚੀਆਂ ਚਿੱਟੀਆਂ ਜਾੜਾਂ ਨੂੰ ਦੇਖ ਦੇਖਦੇ ਜਿਹੜੇ ਦੁਸ਼ਟ ਲੋਕ ਹੈ ਉਹ ਜੰਗ ਯੁੱਧ ਵਿੱਚ ਕਹਿੰਦੇ ਭੱਜ ਰਹੇ ਹਨ ਦੌੜ ਰਹੇ ਹਨ ਦੌੜ ਜਾਂਦੇ ਹਨ ਮਦ ਮਤ ਕਿਰਪਾਨ ਕਰਾਲ ਧਰੰ ਇਸ ਤਰ੍ਹਾਂ ਜਿਵੇਂ ਕਹਿੰਦੇ ਜਿਵੇਂ ਕੋਈ ਸ਼ਰਾਬੀ ਹੁੰਦੇ ਹੈ ਸ਼ਰਾਬੀਆਂ ਵਾਂਗ ਜਿਵੇਂ ਉਹ ਕੋਈ ਉਹ ਮਸਤ ਜੇ ਹੋ ਕੇ ਝੂਲਦੇ ਚੱਲਦੇ ਇਸ ਤਰ੍ਹਾਂ ਆਪ ਜੀ ਦੀ ਮਸਤ ਚਾਲ ਹੈ ਚੱਲਣਾ ਆਪ ਜੀ ਦਾ ਮਸਤਾਂ ਵਾਂਗ ਹੈ ਮਸਤ ਹਾਥੀਆਂ ਵਾਂਗ ਹੈ ਨਸ਼ੇ ਵਰਗੂਨ ਵਾਂਗ ਹੈ ਕਿਰਪਾਨ ਕਰਾਲ ਧਰਮ ਆਪ ਜੀ ਨੇ ਜਿਹੜੇ ਹੱਥ ਵਿੱਚ ਕਿਰਪਾਨ ਹੈ ਸ੍ਰੀ ਸਾਹਿਬ ਹੈ ਉਹ ਬੜੀ ਭਿਆਨਕ ਧਾਰਨ ਕੀਤੀ ਹੋਈ ਹੈ ਦੇਖਣ ਵਾਲੇ ਨੂੰ ਡਰ ਆਉਂਦਾ ਹੈ ਜੈ ਸਤ ਸੁਰਾ ਸੁਰਿਅੰ ਉਚਰੰ ਜਿੰਨੇ ਦੇਵਤੇ ਜਾਂ ਦੈਤ ਹੈ ਉਹ ਆਪ ਜੀ ਨੇ ਕਹਿੰਦੇ ਜੈ ਜੈਕਾਰੀ ਉਚਾਰਨ ਕਰਦੇ ਹਨ ਨਵ ਕਿੰਕਣ ਨੇਵਰ ਨਾਦ ਹੂਅੰ ਇਸੇ ਤਰ੍ਹਾਂ ਜਿਹੜੀ ਕਿੰਕਣ ਕੀ ਹੈ ਤਰਾਗੀ ਹੈ ਤੇ ਨੇਵਰ ਜਿਹੜੇ ਕੋਈ ਝਾਂਜਰਾਂ ਜਿਹੀਆਂ ਪੋਟੇ ਜੇ ਹਨ ਉਹਨਾਂ ਵਿੱਚੋਂ ਜਿਹੜਾ ਨਾਦ ਕੀ ਆਵਾਜ਼ਾ ਹੈ ਉਹ ਨਵ ਕੀ ਵੰਨ ਸਮੰਨਾ ਜਿਹਾ ਹੁੰਦਾ ਹੈ ਭਾਵ ਨਵੇਂ ਤੋਂ ਨਵਾਂ ਉਹਦੇ ਵਿੱਚੋਂ ਆਵਾਜ਼ਾਂ ਨਿਕਲਦਾ ਹੈ ਚੱਲ ਚਾਲ ਸਭਾ ਚੱਲ ਕੰਪ ਭੂਅੰ
ਇਸੇ ਤਰ੍ਹਾਂ ਉਹ ਵਾਜੇ ਨੂੰ ਸੁਣ ਕੇ ਉਹ ਪੌਂਟਿਆਂ ਦੇ ਤੇ ਜਿਹੜਾ ਕਿੰਕਣੀ ਤਰਾਗੀ ਵਿੱਚ ਘੁੰਗਰੂ ਜੇ ਬੰਨੇ ਹੈ ਝਾਂਜਰਾਂ ਛਣਕਦੀਆਂ ਜਦੋਂ ਆਵਾਜ਼ਾਂ ਹੁੰਦਾ ਉਸ ਨੂੰ ਸੁਣ ਕੇ ਚਲ ਚਾਲ ਸਵਾ ਚਲਕਾਂ ਪਪਿਓਂ ਚਲ ਨੋ ਪਾਰੇ ਦਾ ਚਾਲ ਨੋ ਸਦਰਸਦਾ ਹੈ ਪਾਰੇ ਦੇ ਵਾਂਗ ਕਹਿੰਦੇ ਸਾਰੇ ਜਿਹੜੇ ਅਚਲ ਹੈ ਕਹਿੰਦੇ ਪਹਾੜ ਹੈ ਉਹ ਕੰਬ ਉੱਠਦੇ ਹੈ ਤੇ ਭੂਮ ਧਰਤੀ ਵੀ ਕੰਬ ਉੱਠਦੀ ਹੈ ਚਲ ਚਾਲ ਸਵਾ ਚਲ ਕੰਪ ਪਿਓਂ ਇਸ ਤਰ੍ਹਾਂ ਸਾਰੇ ਕਹਿੰਦੇ ਉਹ ਕਹਿੰਦੇ ਚੰਚਲ ਚਾਲ ਵਾਲੇ ਹੋ ਜਾਂਦੇ ਤੇ ਧਰਤੀ ਤੇ ਪਹਾੜ ਕੰਬ ਉੱਠਦੇ ਹਨ ਸਾਰੇ ਹੀ ਘਣ ਘੁੰਗਰ ਘੰਟਣ ਘੋਰ ਸੁਰੰਗ ਘਣ ਬਹੁਤੇ ਹੀ ਜਿਹੜੇ ਘੁੰਗਰੂ ਹਨ ਉਹਨਾਂ ਦਾ ਜਿਹੜਾ ਘੰਟਣ ਕੀ ਹੈ ਛਣਕਣ ਦੀ ਸੁਰੋਂ ਕੀ ਜਿਹੜੀ ਆਵਾਜ਼ ਹੈ ਬੜੀ ਘੋਲ ਕੀ ਉੱਚੀ ਹੈ ਜਾਂ ਭਿਆਨਕ ਹੈ ਚਾਰ ਚਾਰ ਚਰਾ ਚਰਿਅੰ ਹੋਹਰੰ ਉਸ ਆਵਾਜ਼ ਨੂੰ ਸੁਣ ਕੇ ਕਹਿੰਦੇ ਚਾਰ ਚਾਰ ਚਰਾ ਚਰਿਅੰ ਸੁਹਰੰ ਕਹਿੰਦੇ ਚਾਰੇ ਦਿਸ਼ਾ ਦੇ ਜਿੰਨੇ ਚਰਾ ਚਾਰਾ ਜੀਵ ਜਿਹੜੇ ਜੜ ਜੀਵ ਹੈ ਉਹ ਚੇਤਨ ਹੋ ਕੇ ਕਹਿੰਦੇ ਹੋਰੋਂ ਕਈ ਉਹ ਚੱਲ ਪੈਂਦੇ ਹਨ ਜਾਂ ਹੈਰਾਨ ਹੋ ਜਾਂਦੇ ਹਨ ਚਾਰ ਚਾਰੇ ਦਿਸ਼ਾ ਵਿੱਚ ਚਰਾ ਚਰੇ ਕੀ ਜਿਹੜੇ ਜੜ ਨੇ ਉਹ ਚੇਤਨ ਜੀਵ ਜਿਹੜੇ ਨੇ ਚਰਕੀ ਚੰਚਲ ਹੋਰੋਂ ਕੀਏ ਹੋ ਜਾਂਦੇ ਹੈ ਅਥਵਾ ਚਾਰ ਸੁੰਦਰ ਇਸੇ ਤਰ੍ਹਾਂ ਚਰਮ ਕੀ ਚਾਲ ਨੂੰ ਵੇਖ ਕੇ ਚਰਾਚਰ ਜਿਹੜੇ ਜੜ ਚੇਤਨ ਜੀਵ ਹੈ ਹੋਰੋਂ ਕੀਏ ਹੈਰਾਨ ਹੁੰਦੇ ਚਰਜ ਹੁੰਦੇ ਹਨ ਚਲ ਚੌਦਹ ਚੱਕਰਨ ਚੱਕਰ ਫਿਰੰ ਇਸੇ ਤਰ੍ਹਾਂ ਚੌਦਾਂ ਚੱਕਾਂ ਦੇ ਵਿੱਚ ਆਪ ਜੀ ਦਾ ਕਹਿੰਦੇ ਜਿਹੜੇ ਚੱਕਰ ਚੱਲਦੇ ਹੈ ਸ਼ਸਤਰ ਚੱਲਦੇ ਹੈ ਚੌਦਾਂ ਚੱਕਰਾਂ ਚੌਦਾਂ ਲੋਕਾਂ ਵਿੱਚ ਇਸੇ ਤਰ੍ਹਾਂ ਆਪ ਜੀ ਦਾ ਜਿਹੜਾ ਹੁਕਮ ਰੂਪੀ ਚੱਕਰ ਹੈ ਕਾਲ ਰੂਪੀ ਚੱਕਰ ਹੈ ਉਹ ਵੀ ਹਰ ਪਾਸੇ ਫਿਰੋਂ ਕੀ ਫਿਰ ਰਿਹਾ ਘੁੰਮ ਰਿਹਾ ਹੈ ਵਡਵੰ ਘਟਵੰ ਹਰੀਅੰ ਸੁਭਰੰ ਉਹ ਆਪ ਜੀ ਦਾ ਜਿਹੜਾ ਹੁਕਮ ਰੂਪੀ ਜਾਂ ਕਾਲ ਰੂਪੀ ਚੱਕਰ ਹੈ ਜਿਹੜੇ ਵਧੇ ਹੋਏ ਉਹਨਾਂ ਨੂੰ ਘਟਾ ਰਿਹਾ ਹੈ ਤੇ ਹਰੀਆਂ ਜਿਹੜੇ ਖਾਲੀ ਹਨ ਉਹਨਾਂ ਨੂੰ ਸੁਭਰੋਂ ਕੀ ਲਗਾ ਲਗ ਭਰੀ ਜਾ ਰਿਹਾ ਹੈ ਜਗ ਜੀਵ ਜਿਤੇ ਜਲਿਅੰ ਥਲਿਅੰ ਹਾਂ ਜਗ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਹੈ ਜਾਂ ਜਲਾਂ ਵਿੱਚ ਰਹਿੰਦੇ ਹੈ ਜਾਂ ਥਲਾਂ ਵਿੱਚ ਮਾਰੂ ਥਲਾਂ ਵਿੱਚ ਹਨ ਅਸ ਕੋ ਜੋ ਤਵਾਏ ਸੁਅੰ ਮਲਿਅੰ ਹੇ ਅਕਾਲ ਪੁਰਖ ਮਹਾਕਾਲ ਰੂਪ ਦੇ ਵਿੱਚ ਸਵਾਏ ਮਨ ਐਸਾ ਕੌਣ ਜੀਵ ਹੈ ਜੋ ਤਵ ਆਏ ਸੁਮਲਿਅੰ ਜੋ ਤੁਹਾਡੀ ਆਗਿਆ ਨੂੰ ਕਹਿੰਦੇ ਮਲਿਓ ਕੀ ਮੋੜ ਦੇਵੇ ਤੁਹਾਡੀ ਆਗਿਆ ਨੂੰ ਨਾ ਮੰਨੇ ਘੱਟ ਭਾਦਵ ਮਾਸ ਕੀ ਜਾਨ ਸੁਭੰ ਇਸ ਤਰ੍ਹਾਂ
ਜਿਵੇਂ ਭਾਦਰੋਂ ਦੇ ਮਹੀਨੇ ਦੀਆਂ ਕਾਲੀਆਂ ਘਟਾਂ ਉਹ ਸੋਭਦੀਆਂ ਜਾਣੀਦੀਆਂ ਹਨ। ਤਨ ਸਾਵਰ ਰਾਵਰ ਅੰਗੁਲ ਸੰਗ, ਇਸੇ ਤਰ੍ਹਾਂ ਆਪਦਾ ਜਿਹੜਾ ਸਰੀਰ ਹੈ ਸਾਵਲਾ ਹੈ, ਉਹਨੂੰ ਦੇਖ ਦੇਖ ਕੇ ਸਾਰੇ ਜਿਹੜੇ ਸਰੀਰ ਹੈ ਹੁਲਸੋਂ ਕੇ ਖੁਸ਼ ਹੁੰਦੇ ਹਨ, ਅਚਰਜ ਹੁੰਦੇ ਹਨ। ਰੱਦ ਪੰਗਤ ਪੰਗਤ ਦਾਮਨੀ ਦਮਕੰ, ਜਿਹੜੇ ਦੰਦਾਂ ਦੀ ਪੰਗਤੀ ਹੈ ਉਹ ਕਹਿੰਦੇ ਮੁੱਖ ਦੇ ਵਿੱਚ ਜਿਵੇਂ ਬਿਜਲੀ ਦਮਕਦੀ ਹੁੰਦੀ ਹੈ, ਦੰਦਾਂ ਦੀ ਪੰਗਤੀ ਦਮਤਾ ਮਾਰਦੀ ਹੈ। ਘਨ ਘੁੰਗਰ ਘੰਟ ਸੁਰੰਗ ਕਮਕੰ, ਇਸੇ ਤਰ੍ਹਾਂ ਜਿਹੜੇ ਕੋਈ ਘੰਟ ਘੰਟੇ ਹਨ ਤੇ ਘੁੰਗਰੂ ਹਨ, ਉਹਨਾਂ ਦੀ ਜਿਹੜੀ ਸੁਰੋਂਕੀ ਜਿਹੜੀ ਆਵਾਜ਼ ਹੈ ਉਹਦੀ ਗੱਜਣ ਗੱਜਣਾ ਹੋ ਰਿਹਾ ਹੈ। ਬੱਦਲ ਘਨ ਬੱਦਲਾ ਕਾਲੇ ਬੱਦਲਾਂ ਵਾ ਘੁੰਗਰੂਆਂ ਦੀ ਤੇ ਘੰਟਿਆਂ ਦੀ ਜਿਹੜੀ ਆਵਾਜ਼ ਹੈ ਉਹਦਾ ਕਾਲੇ ਬੱਦਲਾਂ ਵਾਂਗੂ ਕਹਿੰਦੇ ਕਮਕੋ ਕੀ ਗਜਣਾ ਹੋ ਰਿਹਾ ਹੈ। ਭੁਜੰਗ ਪ੍ਰਿਆਤ ਛੰਦ ਘਟਾ ਸਾਵਨ ਜਾਨ ਸਿਆਮ ਸੁਹਾਇੰ, ਹਾਂ ਜਿਵੇਂ ਸਾਉਣ ਦੇ ਮਹੀਨੇ ਦੀਆਂ ਕਾਲੀਆਂ ਘਟਾਂ ਬੜੀਆਂ ਕਹਿੰਦੇ ਸੋਹਣੀਆਂ ਹਨ, ਇਸ ਤਰ੍ਹਾਂ ਆਪ ਜੀ ਦਾ ਜਿਹੜਾ ਸ਼ਿਆਮ ਸਰੂਪ ਹੈ ਉਸ ਹੋਰ ਰਿਹਾ ਸਾਂਵਲਾ ਸਰੂਪ ਸਰੀਰ ਰਿਹਾ ਹੈ। ਮਣੀ ਨੀਲ ਨਗਿਆਂ ਲਖੰ ਸੀਸ ਨਿਆਯੰ, ਜਿਵੇਂ ਕਿ ਨੀਲੀਆਂ ਮਣੀਆਂ ਵਾਲਾ ਪਹਾੜ ਹੋਵੇ ਉਹਦੇ ਵਾਂਗ ਕਹਿੰਦੇ ਜਾਣਿਆ ਜਾਂਦਾ, ਉਹ ਵੀ ਨੀਲੀਆਂ ਮਣੀਆਂ ਅਤੇ ਨੀਲੇ ਰੰਗ ਦਾ ਜਿਹੜਾ ਪਹਾੜ ਹੈ ਉਹ ਆਪ ਜੀ ਦਾ ਸਿਆਮ ਸਰੂਪ ਦੇਖ ਕੇ ਸ਼ੀਸ ਨਿਆਮ ਕਹਿੰਦੇ ਸਿਰ ਨਮਾਉਂਦਾ, ਸਿਰ ਨੀਵਾਂ ਕਰ ਰਿਹਾ ਹੈ। ਮਹਾ ਸੁੰਦਰ ਸਿਆਮ ਮਹਾ ਅਬਿਰਾਮ, ਆ ਮਹਾਨ ਸੁੰਦਰ ਸਿਆਮ ਸਰੂਪ ਵਾਲੇ ਤੇ ਬੜੇ ਮਨ ਨੂੰ ਅਬਰਾਮੂ ਕੀਏ ਭਾਉਣ ਵਾਲੇ ਹੋ। ਮਹਾ ਰੂਪ ਰੂਪੰ ਮਹਾ ਕਾਮ ਕਾਮ, ਰੂਪ ਦੇ ਵੀ ਆ ਮਹਾ ਰੂਪ ਹੋ ਕਾਮ ਦੇ ਵਿੱਚ ਵੀ ਆ ਮਹਾਕਾਮ ਰੂਪ ਹੋ। ਫਿਰੈ ਚੱਕਰ ਚੌਦ ਹੂੰ ਪੁਰੀਅੰ ਮਧਿਆਨ, ਆਪ ਜੀ ਦਾ ਜਿਹੜਾ ਕਹਿੰਦੇ ਉਹ ਚੌਦਾਂ ਪੁਰੀਆਂ ਦੇ ਵਿੱਚ ਚੌਦਾਂ ਲੋਕਾਂ ਦੇ ਵਿੱਚ ਹੀ ਚੱਕਰ ਫਿਰ ਰਿਹਾ ਹੈ, ਹੁਕਮ ਰੂਪੀ ਚੱਕਰ ਫਿਰ ਰਿਹਾ ਹੈ, ਘੁੰਮ ਰਿਹਾ, ਘਰ ਰੂਪੀ ਚੱਕਰ ਵੀ ਘੁੰਮ ਰਿਹਾ ਹੈ ਫਿਰ ਰਿਹਾ ਹੈ। ਇਸੋ ਕੌਣ ਬੀਅੰ ਫਿਰੈ ਆਏ ਸਾਣੰ, ਐਸਾ ਕੌਣ ਬੀਓ ਕੀ ਦੂਸਰਾ ਹੈ ਜੋ ਆਪ ਜੀ ਦੀ ਆਗਿਆ ਨੂੰ ਫਿਰੈ ਕੀਏ ਮੋੜ ਦੇਵੇ। ਕਹੋ ਕੁੰਟ ਕੌਣੈ ਬਿਖੈ ਭਾਜ ਬਾਚੈ, ਸੋ ਖਾ ਕਰੇ ਕੁੰਟ ਕੀ ਕਿਹੜੀ ਦਿਸ਼ਾ ਦੇ ਵਿੱਚ ਕੋਈ ਭੱਜ ਕੇ ਬਚ ਸਕਦਾ ਹੈ। ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ, ਸਾਰਿਆਂ ਦੇ ਸਿਰਾਂ ਦੇ ਨਾਲ ਉਸ ਵਾਹੇ ਮਾਨ ਜਿਹੜਾ ਮਹਾਕਾਲ ਹੈ ਉਹ ਨੱਚ ਰਿਹਾ ਹੈ। ਕਰੇ ਕੋਟ ਕੋਊ ਧਰੇ ਕੋਟ ਓਟੰ, ਆਵੇ ਕਹਿੰਦੇ ਕੋਈ ਕਿਲੇ ਤਿਆਰ ਕਰ ਲਵੇ, ਕਿਲੇ ਕਿਲੇ
ਬਣਾ ਲਵੇ ਤੇ ਤਰੇ ਕੋਟ ਓਟਮ ਇਸੇ ਤਰ੍ਹਾਂ ਕਿਲਿਆਂ ਦਾ ਓਟ ਵੀ ਧਰ ਲਵੇ ਰੱਖ ਲਵੇ ਕਿਲਿਆਂ ਦਾ ਸਹਾਰਾ ਜਾ ਵੀ ਲੈ ਲੈ ਆਸਰਾ ਲੈ ਲਵੇ ਬਚੇ ਕੋ ਨ ਕਿਉਂ ਕਰੇ ਕਾਲ ਚੋਟ ਜਿਹੜਾ ਕਾਲ ਹੈ ਜਦੋਂ ਚੋਟ ਕਰੇਗਾ ਕਿਵੇਂ ਵੀ ਉਹਦੀ ਚੋਟ ਤੋਂ ਕੋਈ ਬਚ ਨਹੀਂ ਸਕੇਗਾ ਲਿਖੰ ਜੰਤਰ ਕੇਤੇ ਪੜੰ ਮੰਤਰ ਕੋਟੰ ਇਸ ਤਰ੍ਹਾਂ ਕਹਿੰਦੇ ਭਾਵੇਂ ਕਿਤਨੇ ਜੰਤਰ ਜੇ ਵੀ ਧਾਗੇ ਲਿਖ ਲਵੇ ਜਾਂ ਲਿਖਣ ਵਾਲਾ ਹੋਵੇ ਤੇ ਕਰੋੜਾਂ ਮੰਤਰ ਪੜ ਲਵੇ ਜਾਂ ਪੜਨ ਵਾਲਾ ਹੋਵੇ ਕਰੋੜਾਂ ਮੰਤਰਾਂ ਨੂੰ ਬਿਨਾਂ ਸਰਨ ਤਾਂ ਕੀ ਨਹੀਂ ਔਰ ਓਟ ਗੁਰੂ ਮਹਾਰਾਜ ਕਹਿੰਦੇ ਖਾਲਸਾ ਜੀ ਵਾਹਿਗੁਰੂ ਦੀ ਸ਼ਰਨ ਤੋਂ ਬਗੈਰ ਕਹਿੰਦੇ ਜਿਹੜਾ ਉਹ ਕੋਈ ਓਟ ਨਹੀਂ ਹੈ ਕੋਈ ਓਟ ਬਚਾ ਨਹੀਂ ਸਕਦੀ ਹੈ ਲਿਖੰ ਜੰਤਰ ਥਾਕੇ ਪੜੰ ਮੰਤਰ ਹਾਰੇ ਜਿਹੜੇ ਜੰਤਰਾਂ ਨੂੰ ਮੰਤਰ ਤਸਵੀਰ ਧਾਗਿਆਂ ਨੂੰ ਲਿਖਣ ਵਾਲੇ ਸੀ ਉਹ ਲਿਖ ਲਿਖ ਕੇ ਥੱਕ ਗਏ ਇਸੇ ਤਰ੍ਹਾਂ ਜਿਹੜੇ ਮੰਤਰਾਂ ਨੂੰ ਪੜਨ ਵਾਲੇ ਸੀ ਉਹ ਮੰਤਰ ਪੜ ਪੜ ਕੇ ਹਾਰ ਹੰਬ ਗਏ ਕਰੇ ਕਾਲ ਤੇ ਅੰਤ ਲੈ ਕੇ ਵਿਚਾਰੇ ਕਹਿੰਦੇ ਇਸੇ ਤਰ੍ਹਾਂ ਜਨਮ ਕਾਲ ਤੋਂ ਲੈ ਕੇ ਅੰਤ ਤੱਕ ਸਾਰਿਆਂ ਨੂੰ ਕਹਿੰਦੇ ਉਹਨੇ ਵਿਚਾਰਾ ਕਰ ਦਿੱਤਾ ਦੀਨ ਕਰ ਦਿੱਤਾ ਉਸ ਹੁਕਮ ਰੂਪੀ ਕਾਲ ਰੂਪੀ ਚੱਕਰ ਨੇ ਕਿਤੇ ਉਹ ਤੰਤਰ ਸਾਧੇ ਸੁਜਨਮ ਬਿਤਾਇਓ ਕਿੰਨਿਆਂ ਨੇ ਕਹਿੰਦੇ ਤੰਤਰਾਂ ਨੂੰ ਸਾਧਿਆ ਤਿੰਨ ਚੀਜ਼ਾਂ ਜਿਹੀਆਂ ਇਕੱਠੀਆਂ ਕਰਕੇ ਉਹਦੀ ਸਾਧਨਾ ਕੀਤੀ ਤੇ ਕਈ ਜਨਮ ਹੀ ਕਹਿੰਦੇ ਬਤੀਤ ਕਰਤੇ ਕਿਤੇ ਉਹ ਤੰਤਰ ਸਾਧੇ ਜਨਮ ਬਿਤਾਇਓ ਇੱਥੇ ਵਿਖਰ ਜਾ ਹੋਰ ਵੀ ਹੈਗਾ ਕਿ ਨਹੀਂ ਕਿਤੇ ਉਹ ਤੰਤਰ ਸਾਧੇ ਸੋ ਜਨਮ ਬਿਤਾਇਓ ਇੱਥੇ ਸੋ ਢਾਇਆ ਹੋਇਆ ਮੇਰੇ ਕੋਲੇ ਹਾਂ ਇਹਨਾਂ ਵਿੱਚ ਹੀ ਜਨਮ ਬਤੀਤ ਕਰ ਦਿੱਤਾ ਤੰਤਰ ਸਾਧਿਆ ਹੋਇਆ ਭਏ ਫੋਕਟੰ ਕਾਜ ਏਕੈ ਨ ਆਇਓ ਕਹਿੰਦੇ ਸਭ ਨਿਸ਼ਫਲ ਹੋ ਗਏ ਆ ਉਹ ਜਿਹੜੇ ਤੰਤਰ ਜੇ ਸਾਧੇ ਹੈ ਟੂਣੇ ਟਾਣੇ ਜੇ ਸਾਧਨਾ ਕਰਕੇ ਸਿੱਧ ਕੀਤੇ ਹੈ ਉਹ ਕਿਸੇ ਕੰਮ ਨਹੀਂ ਆਏ ਹਨ ਕਿਤੇ ਨਾਸ ਮੁੰਦੈ ਮੁੰਦੈ ਭਏ ਬ੍ਰਹਮਚਾਰੀ ਇਸੇ ਤਰ੍ਹਾਂ ਉਂਗਲਾਂ ਜੀਆਂ ਦੇ ਕੇ ਆਪਣੇ ਨੱਕ ਬੰਦ ਕਰ ਲੈਂਦੇ ਹੈ ਤੇ ਕਈ ਇਸ ਤਰ੍ਹਾਂ ਕਹਿੰਦੇ ਉਹ ਬਿੰਦ ਜਾ ਰੱਖ ਕੇ ਬ੍ਰਹਮਚਾਰੀ ਰੱਖ ਕੇ ਬ੍ਰਹਮਚਾਰੀ ਹੋ ਗਏ ਕਿਤੇ ਕੰਠ ਕੰਠੀ ਜਟਾ ਸੀਸ ਧਾਰੀ ਕਿੰਨਿਆਂ ਨੇ ਗਲ ਦੇ ਵਿੱਚ ਕੰਠੀ ਜੀ ਪਾ ਲਈ ਹੈ ਇਸੇ ਤਰ੍ਹਾਂ ਕਈਆਂ ਨੇ ਆਪਣੇ ਸਿਰਾਂ ਤੇ ਜਟਾ ਜੀਆਂ ਧਾਰ ਕਈ ਜਟਾ ਬਣਾ ਲਈਆਂ ਹਨ ਕਿਤੇ ਚੀਰ ਕਾਨੰ ਜੁਗੀਸੰ ਕਹਾਇੰ ਨੇ ਕੰਨ ਜੇ ਪਾੜ ਕੇ ਉਹਦੇ ਵਿੱਚ ਮੁੰਦਰਾਂ ਜੀਆਂ ਪਾ ਲਈਆਂ ਤੇ ਆਪਣੇ ਆਪ ਨੂੰ ਯੋਗੀਆਂ ਦਾ ਮਾਲਕ ਮੁਖੀ ਕਹਾਇਆ ਹੈ ਸਭੇ ਫੋਕਟੰ ਧਰਮ ਕਾਮ ਨ ਆਏ ਮਹਾਰਾਜ ਕਹਿੰਦੇ ਜਿੰਨੇ ਧਰਮ ਹੈ ਸਾਰੇ ਫੋਕਟ ਕੇ ਨਿਸ਼ਫਲ ਹੈ ਆਉਂਦੇ ਸਮੇਂ ਕੋਈ ਇਹ ਜਿਹੜਾ ਨਿਸ਼ਫਲ ਧਰਮ ਹੈ ਕੰਮ ਨਹੀਂ ਆਉਂਦਾ ਕੋਈ ਸਹਾਇਤਾ ਨਹੀਂ ਪਾਉਂਦਾ
ਕੰਨ ਪਾੜੇ ਕੋਈ ਸਹਾਇਤਾ ਨੀ ਕਰ ਰਹੇ ਅੰਤ ਸਮੇਂ ਮਦ ਕੀ ਬਕੀਟ ਬੰਗ ਰਾਛਸੇ ਸੇ ਬਲੀਅੰ ਹੋਰ ਤਾਂ ਹੋਰ ਕੀ ਹੈ ਕਹਿੰਦੇ ਜਿਹੜੇ ਰਾਕਸ਼ਾਂ ਦੇ ਜਨਤਾ ਦੇ ਮਾਲਕ ਮਦ ਸੇ ਕੀਟ ਵਸਾਨ ਬੜੇ ਬਲੀ ਸਮੇਂ ਆਪਣੀ ਕਾਲ ਤੇਉ ਦਲੀਅੰ ਹਾਂ ਸਮੇਂ ਅਨੁਸਾਰ ਆਪੋ ਆਪਣੀ ਜਿਹੜੀ ਬਾਰੀ ਕਹਿੰਦੇ ਕਾਰਨੂ ਉਹਨਾਂ ਨੇ ਦਲ ਦਿੱਤਾ ਹੈ ਕਾਰਨੇ ਉਹਨਾਂ ਨੂੰ ਮਾਰ ਦਿੱਤਾ ਜਦੋਂ ਉਹਨਾਂ ਦੀ ਬਾਰੀ ਆ ਗਈ ਸਮੇਂ ਅਨੁਸਾਰ ਭਏ ਸੁੰਭ ਨੈ ਸੁੰਭ ਸਰੋਣ ਅੰਤ ਬੀਜੰ ਇਸੇ ਤਰ੍ਹਾਂ ਇਹ ਦੁਨੀਆਂ ਵਿੱਚ ਸੁੰਭ ਤੇ ਨਿਸੁੰਭ ਬੜੇ ਦੋ ਭਰਾ ਹੋਏ ਹੈ ਉਹਨਾਂ ਦਾ ਜਿਹੜਾ ਕੋਈ ਵਹਾਨ ਮੁਖੀ ਕਮਾਂਡਰ ਸੀ ਮੁਖੀ ਟਹਿਲ ਸੀ ਉਹ ਰਖਤ ਵੀ ਇਸ ਤਰ੍ਹਾਂ ਕਹਿੰਦੇ ਰਖ ਦੈਂਤ ਹੋਇਆ ਜਿਹੜੇ ਰਸ ਤੋਂ ਹੀ ਅੱਗੇ ਪੈਦਾ ਹੋ ਜਾਂਦੇ ਸੀ ਦੈਂਤ ਤੇਉ ਕਾਲ ਕੀਨੇ ਪੁਰਜੇ ਪੁਰਜੰ ਕਹਿੰਦੇ ਉਹਨਾਂ ਦੇ ਤਾਈ ਵੀ ਜਿਹੜਾ ਕਾਲ ਹੈ ਉਹਨੇ ਪੁਰਜੇ ਪੁਰਜੇ ਕਰ ਦਿੱਤਾ ਟੁਕੜੇ ਟੁਕੜੇ ਕਰ ਦਿੱਤਾ ਸੁਭ ਨੂੰ ਸੁਭ ਤੇ ਰਖਤ ਬੀਜ ਵਰਗਿਆਂ ਨੂੰ ਵੀ ਬਲੀ ਪ੍ਰਿਥੀਅੰ ਮਾਨ ਧਾਤਾ ਮਹੀਪੰ ਇਸੇ ਤਰ੍ਹਾਂ ਖਾਲਸਾ ਜੀ ਜਿਹੜਾ ਬਲੀ ਪ੍ਰਿਥੂ ਰਾਜਾ ਸੀ ਜਿਹਨੇ ਆਪਣੇ ਧਨਕ ਦੇ ਚਿੱਲੇ ਦੇ ਨਾਲ ਜਿੰਨੇ ਆ ਪਹਾੜ ਚੁੱਕ ਚੁੱਕ ਕੇ ਇੱਕ ਜਗ੍ਹਾ ਇਕੱਠੇ ਢੇਰ ਲਾ ਦਿੱਤੇ ਇਸ ਤਰ੍ਹਾਂ ਪੁਰਾਣਾਂ ਦੇ ਵਿੱਚ ਪ੍ਰਸੰਗ ਆਇਆ ਹੈ ਵੀ ਜਿੰਨੇ ਆ ਪਹਾੜ ਪੂਰਾ ਕਹਿੰਦੇ ਪਹਿਲਾਂ ਜਿਵੇਂ ਆਪਾਂ ਛੀ ਹੁੰਦੇ ਸੀ ਨਾ ਇਸ ਤਰ੍ਹਾਂ ਇਹਨਾਂ ਦੇ ਖੰਭ ਲੱਗੇ ਹੁੰਦੇ ਸੀ ਤੇ ਫਿਰ ਕਹਿੰਦੇ ਜਿੱਥੇ ਹਰੀ ਭਰੀ ਖੇਤੀ ਹੁੰਦੀ ਸੀ ਉੱਥੇ ਜਾ ਕੇ ਜਿਹੜੇ ਪਹਾੜ ਹੈ ਉਹ ਖੇਤੀ ਖਤਮ ਕਰ ਦਿੰਦੇ ਨੁਕਸਾਨ ਕਰ ਦਿੰਦੇ ਸੀ ਫਿਰ ਜਿਹੜਾ ਇੰਦਰ ਹੈ ਉਹਨੇ ਕਹਿੰਦੇ ਖੇਤੀ ਦਾ ਨੁਕਸਾਨ ਦੇਖ ਕੇ ਧਾਤੂਆਂ ਦਾ ਜਿਹੜਾ ਵਜਰ ਸ਼ਸਤਰ ਲੈ ਕੇ ਸਾਰਿਆਂ ਦੇ ਕਹਿੰਦੇ ਖੰਭ ਤੋੜ ਦਿੱਤੇ ਸੀ ਉਹ ਖੰਭ ਤੋੜਨ ਕੋਈ ਕਿਤੇ ਪਹਾੜ ਪਿਆ ਸੀ ਕੋਈ ਕਿਤੇ ਪਹਾੜ ਪਿਆ ਸੀ ਇਸ ਤਰ੍ਹਾਂ ਸਾਰੀ ਧਰਤੀ ਪਹਾੜਾਂ ਨਾਲ ਭਰੀ ਹੋਈ ਦੇਖ ਕੇ ਫਿਰ ਪ੍ਰਿਥੂ ਰਾਜੇ ਨੇ ਉਦਮ ਕੀਤਾ ਕਹਿੰਦੇ ਧਨਕ ਦੇ ਚਿੱਲੇ ਨਾਲ ਚੁੱਕ ਚੁੱਕ ਜਿੰਨੇ ਪਹਾੜ ਹੈ ਉਹ ਇੱਕ ਜਗ੍ਹਾ ਇਕੱਠੇ ਕਰਕੇ ਢੇਰ ਲਾ ਦਿੱਤਾ ਸੀ ਭੇਡਾ ਪ੍ਰਿਥੂ ਰਾਜਾ ਬਣੀ ਹੋਇਆ ਜਿਹਨੇ ਆ ਪਹਾੜ ਚੁੱਕ ਕੇ ਇੱਕ ਥਾਂ ਢੇਰ ਲਾ ਤੇ ਕਿਤੇ ਤਾਂ ਮਾਨ ਧਾਤਾ ਮੀਤੰ ਜਿਹੜਾ ਮਾਨ ਧਾਤਾ ਰਾਜਾ ਹੈ ਉਹ ਬੜਾ ਭਾਰੀ ਹੋਇਆ ਹੈ ਜਿਨ੍ਹਾਂ ਰਥ ਚੱਕਰੰ ਕੀਏ ਸਾਤ ਦੀਪੰ ਇਸਨੇ ਕਹਿੰਦੇ ਇਸੇ ਤਰ੍ਹਾਂ ਆਪਣੇ ਰਥ ਦੇ ਪਹੀਏ ਦੇ ਨਾਲ ਉਹ ਸੱਤ ਦੀਪ ਬਣਾ ਦਿੱਤੇ ਉਪਰੇ ਵਰਤ ਰਾਜਾ ਹੋਇਆ ਹੈ ਭੁਜੰ ਭੀਮ ਭਰਥੰ ਜਗੰ ਜੀਤ ਡੰਡਿਅੰ ਇਸੇ ਤਰ੍ਹਾਂ ਬੜੀਆਂ ਮਜ਼ਬੂਤ ਬਾਹਾਂ ਵਾਲਾ ਭੀਮ ਸੈਨ ਹੋਇਆ ਹੈ ਕੁੰਤੀ ਦਾ ਪੁੱਤਰ ਪੌਣ ਦੇਵਤੇ ਤੋਂ ਪੈਦਾ ਹੋਣ ਵਾਲਾ ਇਸੇ ਤਰ੍ਹਾਂ ਰਾਮ ਦਾ ਜਿਹੜਾ ਛੋਟਾ ਭਰਾ ਹੈ ਪਰਸ ਜੋ ਕਕੇਈ ਦੇ ਪੇਟੋਂ ਪੈਦਾ ਹੋਇਆ ਸੀ ਇਹਨਾਂ ਨੇ ਕਹਿੰਦੇ ਉਸ ਸੰਸਾਰ ਦੇ ਜੀਵਾਂ ਨੂੰ ਜਿੱਤ ਲਿਆ ਤੇ ਡੰਡ ਦਿੱਤਾ ਸੀ ਤਿੰਨਾ ਅੰਤ ਕੇ ਅੰਤ ਕੋ ਕਾਲ ਖੰਡਿਅੰ ਕਹਿੰਦੇ ਉਹਨਾਂ ਨਾਲ ਵੀ ਅੰਤ ਦੇ ਸਮੇਂ ਜਿਹੜਾ ਅੰਤ ਕਰਨ ਵਾਲਾ ਹੈ
ਧਰਮਰਾਜ ਦੇ ਘਰ ਨੇ ਜਮਦੂਤਾਂ ਨੇ ਉਸਨੂੰ ਟੁੱਟੇ ਟੁੱਟੇ ਕਰ ਦਿੱਤਾ। ਭਾਵੇ ਪਰਸ ਵਰਗਿਆਂ ਨੂੰ, ਭੀਮ ਸੈਨ ਵਰਗਿਆਂ ਨੂੰ, ਪ੍ਰੈਵਰਤ ਜਿਹੜੇ ਰਾਜਾ ਜਿਹੜੇ ਜਿਨ੍ਹਾਂ ਦੇ ਰਸ ਦੇ ਪਹੀਆਂ ਦੇ ਨਾਲ ਹੀ ਸਤ ਸਮੁੰਦਰ ਬਣ ਗਏ, ਮਾਨ ਤੱਤੇ ਵਰਗੇ, ਪਿਰਥੂ ਰਾਜੇ ਵਰਗਿਆਂ ਨੂੰ ਅੰਤ ਦੇ ਸਮੇਂ ਸਾਰਿਆਂ ਨੂੰ ਕਹਿੰਦੇ ਉਹਨੇ ਜੂਤਾਂ ਨੇ ਟੁੱਟੇ ਟੁੱਟੇ ਕਰਤਾ, ਮਾਰ ਮੁਕਾਇਆ ਹੈ। ਜਿਨ੍ਹਾਂ ਦੀਪ ਦੀਪੰ ਦੁਹਾਈ ਫਿਰਾਈ, ਜਿਨ੍ਹਾਂ ਨੇ ਆਪਣੇ ਕਹਿੰਦੇ ਦੀਪਾਂ ਦੀਪਾਂ ਵਿੱਚ ਆਗਿਆ ਰੂਪੀ ਦੁਹਾਈ ਫੇਰੀ ਹੋਈ ਸੀ, ਸਭ ਆਗਿਆ ਵਿੱਚ ਚੱਲਦੇ ਸਨ। ਪੂਜਾ ਦੰਡ ਦੈ ਛੋਣ ਸ਼ਤਰੰਗ ਛਿਨਾਈ, ਆਪਣਾ ਬਾਹਾਂ ਰੂਪ ਡੰਡਿਆਂ ਨਾਲ ਸੋਟਿਆਂ ਨਾਲ ਸਾਰੀ ਜਿਹੜੀ ਧਰਤੀ ਉਹ ਵੀ ਖੋ ਲਈ ਸੀ, ਇਸੇ ਤਰ੍ਹਾਂ ਛਤਰ ਵੀ ਖੋ ਲਏ ਸਨ। ਕਰੇ ਜਗ ਕੋਟੰ ਜਸੰ ਅਨੇਕ ਲੀਤੇ, ਇਹਨਾਂ ਨੇ ਕਹਿੰਦੇ ਕਰੋੜਾ ਜਗ ਕੀਤੇ ਸੀ, ਅਨੇਕਾਂ ਤਰ੍ਹਾਂ ਕਰਕੇ ਜਸ ਲਿਆ ਸੀ। ਵਾਹ ਵੀਰ ਬੰਕੇ ਬਲੀ ਕਾਲ ਜੀਤੇ, ਕਹਿੰਦੇ ਉਹ ਜਿਹੜੇ ਬੰਕੇ ਸੂਰ ਵੀਰ ਹੈ ਪਰਸ਼ੁਰਾਮ ਵਰਗੇ, ਉਹ ਕਾਲ ਨੇ ਜਿੱਤ ਲੇ, ਕਾਲ ਨੇ ਮਾਰ ਲੇ ਪਰਸ਼ੁਰਾਮ ਵਰਗੇ ਵੀ। ਕਈ ਕੋਟ ਲੀਨੇ ਜਿਨ੍ਹਾਂ ਦੁਰਗ ਢਾਹੇ, ਕਈ ਕਰੋੜਾਂ ਜਿਨ੍ਹਾਂ ਨੇ ਫਤਿਹ ਕਰ ਲਏ ਸੀ ਕਿਲੇ, ਕਈ ਕੋਟ ਲੀਨੇ ਕਈ ਕੋਟ ਕਿਲੇ ਫਤਿਹ ਕਰ ਲਏ ਸੀ, ਫਿਰ ਫਤਿਹ ਕਰਕੇ ਜਿਨ੍ਹਾਂ ਨੇ ਕਿਲਿਆਂ ਨੂੰ ਢਾ ਵੀ ਦਿੱਤਾ ਸੀ। ਕਿਤੇ ਸੂਰ ਵੀਰਾਨ ਕੇ ਸੈਨ ਗਾਹੇ, ਕਿਤੇ ਸੂਰ ਵੀਰਾਂ ਦੀਆਂ ਫੌਜਾਂ ਨੂੰ ਜਿਨ੍ਹਾਂ ਨੇ ਗਾਹੇ ਕੀਏ ਦਲ ਸੁੱਟਿਆ ਸੀ। ਕਈ ਜੰਗ ਕੀਨੇ ਸੁਸਾਕੇ ਪਵਾਰੇ, ਕਈਆਂ ਨੇ ਕਹਿੰਦੇ ਜੰਗ ਯੁੱਧ ਕੀਤੇ ਇਸੇ ਤਰ੍ਹਾਂ ਸਾਕੇ ਤੇ ਪੁਆੜੇ ਕੀਤੇ, ਜਿਹੜਾ ਕੋਈ ਧਰਮ ਦੇ ਅਰਥ ਆਪਣੀ ਕੁਰਬਾਨੀ ਦੇਣੀ ਹੈ ਉਹਨੂੰ ਸਾਕਾ ਕਹਿੰਦੇ ਹਨ। ਇਸੇ ਤਰ੍ਹਾਂ ਜਿਹੜਾ ਕੋਈ ਮੁੱਲੋ ਮੁਗਲੀ ਝਗੜਾ ਜਾਂ ਗੱਲ ਆ ਪਵੇ, ਜੋ ਜਿਹੜੀ ਗੱਲ ਕਰਨ ਦੀ ਕੋਈ ਇੱਛਾ ਨਾ ਹੋਵੇ ਤੇ ਨਾ ਕਰਨੀ ਹੀ ਹੋਵੇ, ਕਿਤੇ ਪੂਰੀ ਹੋਵੇ ਉਹ ਗੱਲ ਕਰਨੀ ਜੀ ਪੈ ਜਾਵੇ, ਉਹ ਜਿਹੜਾ ਕਰਮ ਹੈ ਉਹਨੂੰ ਪੁਆੜਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਵੀ ਜਿਹੜਾ ਰਗੜਾ ਝਗੜਾ ਜਾਂ ਮੁੜੀ ਮੱਲੋ ਮੱਲੀ ਗੜ ਪਵੇ ਤੇ ਫਿਰ ਕਰਨਾ ਪੈ ਜਾਏ, ਫਿਰ ਉਹ ਕਹਿੰਦੇ ਉਹ ਕੀ ਤੋਂ ਪੁਆੜਾ ਪਾ ਤਾ, ਵਿੱਚ ਵਿਚਾਲੇ ਆ ਸਭ ਕੁਝ ਚੰਗੇ ਭਲੇ ਬੈਠੇ ਸੀ, ਉਹ ਕਹਿੰਦਾ ਵੀ ਕੀ ਕਰਾਂ ਇਹ ਮੱਲੋ ਮੱਲੀ, ਮੈਂ ਕਰਨਾ ਤਾਂ ਚਾਹੁੰਦਾ ਨਹੀਂ ਸੀ ਪਰ ਇਹ ਕਰਨੀ ਜੀ ਕਹਿ ਗਈ, ਬਦੋ ਬਦੀ ਗੱਲ ਇਹ ਪੁਆੜਾ ਪੈ ਗਿਆ ਹੈ। ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਨੇ ਪੁਆੜੇ ਪਾਏ ਸੀ ਜਾਂ ਧਰਮਾਂ ਤੇ ਕੁਰਬਾਨੀਆਂ ਕੀਤੀਆਂ ਸੀ, ਜੰਗ ਕੀਤੇ ਸਨ, ਵਾਹ ਦੀਨ ਦੇਖੇ ਗਿਰੇ ਕਾਲ ਮਾਰੇ, ਕਹਿੰਦੇ ਕਾਲ ਦੇ ਮਾਰੇ ਡਿੱਗੇ ਹੋਇਆਂ ਨੂੰ, ਉਹਨਾਂ ਨੂੰ ਦੀਨ ਹੋਇਆ ਤੱਕਿਆ, ਕਾਲ ਦੇ ਮਾਰਿਆ ਹੋਇਆਂ ਨੂੰ ਦੀਨ ਹੋਇਆ ਤੇ ਡਿੱਗਿਆ ਹੋਇਆ ਧਰਤੀ ਤੇ ਤੱਕਿਆ। ਜਿਨ੍ਹਾਂ ਪਾਤਸ਼ਾਹੀ ਕਰੀ ਕੋਟ ਜੁਗਿਆਂ, ਜਿਨ੍ਹਾਂ ਨੇ ਕਹਿੰਦੇ ਜਿਹੜੀ ਪਾਤਸ਼ਾਹੀ ਦੁਨੀਆਂ ਦੀ ਇੱਕ ਯੁਗ ਨੀ ਕਰੋੜਾਂ ਯੁਗਾਂ ਤੱਕ ਕੀਤੀ ਸੀ। ਰਸੰ ਆਨ ਰਸੰ ਭਲੀ ਭਾਂਤ ਭੁਗਿਆਂ, ਜਿਹੜੇ ਛੇ ਤਰ੍ਹਾਂ ਦੇ ਰਸ ਹੈ ਉਹਨੂੰ ਵੀ ਚੰਗੀ ਤਰ੍ਹਾਂ ਭੋਗਿਆ ਸੀ, ਛੇ ਰਸਾਂ ਦਾ ਵੀ ਆਨੰਦ ਮਾਣਿਆ ਸੀ,
ਤੇ ਆਨ ਰਸ ਹੋਰ ਜਿਹੜੇ ਕੋਈ ਰਸ ਹੈ ਤੁਚਾ ਵਗੈਰਾ ਚੌੜੀ ਦੇ ਉਹ ਵੀ ਜਿਨ੍ਹਾਂ ਨੇ ਲਏ ਸੀ ਸੁਣ ਸੁਣ ਦੇ ਦੇਖਣ ਡੁੱਠਣ ਦੇ ਸਾਰੇ ਆਨੰਦ ਮਾਣੇ ਸੀ ਭੋਗੇ ਸੀ। ਵਾਹ ਅੰਤ ਕੋ ਪਾਵ ਨਾਗੇ ਪਧਾਰੇ। ਕਹਿੰਦੇ ਖਾਲਸਾ ਜੀ ਇਹ ਜਿਹੜਾ ਮਹਾਕਾਲ ਹੈ ਉਹਨੇ ਕਹਿੰਦੇ ਐਸਾ ਪਾਣਾ ਵਰਤਾਇਆ ਉਹ ਵੀ ਕਹਿੰਦੇ ਅੰਤ ਨੂੰ ਇੱਥੋਂ ਨੰਗੇ ਪੈਰੀ ਚਲੇ ਗਏ ਉਹ ਕਾਲ ਦੇ ਮਾਰੇ ਹੋਏ। ਗਿਰੇ ਦੀਨ ਦੇਖੇ ਹਠੀ ਕਾਲ ਮਾਰੇ। ਇਸੇ ਤਰ੍ਹਾਂ ਕਹਿੰਦੇ ਜਿਹੜੇ ਹਠੀਏ ਲੋਕ ਸੀ ਕਾਲ ਦੇ ਮਾਰੇ ਹੋਏ ਉਹ ਦੀਨ ਹੋਏ ਹੋਏ ਗਰੀਬ ਜੇ ਹੋਏ ਕਹਿੰਦੇ ਡਿੱਗੇ ਦੇਖੇ ਗਏ। ਗਿਰੇ ਦੀਨ ਦੇਖੇ ਹਠੀ ਕਾਲ, ਹਠੀ ਕਾਲ ਦੇ ਮਾਰੇ ਹੋਏ ਉਹ ਕਹਿੰਦੇ ਸਾਰੇ ਡਿੱਗੇ ਹੋਏ ਦੀਨ ਜੇ ਦੇਖੇ ਹੋਏ। ਜਿਵੇਂ ਗਰੀਬ ਕੋ ਪਿਆ ਹੁੰਦਾ ਨਾ ਨਿੰਮੋ ਝੂਣਾ ਜਿਹਾ ਹੋਇਆ ਉਹ ਕਹਿੰਦੇ ਹਠੀ ਲੋਕ ਕੌਲ ਦੇ ਮਾਰੇ ਡਿੱਗੇ ਪਏ ਦੇਖੇ ਦੁਨੀਆਂ ਚ। ਜਿਨ੍ਹਾਂ ਖੰਡੀਆਂ ਦੰਡ ਧਾਰੰ ਅਪਾਰੰ। ਜਿਨ੍ਹਾਂ ਨੇ ਕਹਿੰਦੇ ਇਸੇ ਤਰ੍ਹਾਂ ਖੰਡੀਆਂ ਦੰਡ ਧਾਰੰ ਡੰਡ ਧਾਰੰ ਡੰਡ ਧਾਰਿਆ ਡੰਡ ਧਾਰਿਆ ਸੀ ਜਾਣੀ ਜਿਹੜੇ ਕੋਈ ਰਾਜੇ ਲੋਕ ਸੀ ਉਹਨਾਂ ਅਪਾਰੀਆਂ ਨੂੰ ਸਾਰਿਆਂ ਨੂੰ ਕਹਿੰਦੇ ਉਹਨੇ ਟੋਟੇ ਟੋਟੇ ਕਰ ਦਿੱਤਾ। ਜਿਹਨੇ ਕੋਈ ਡੰਡ ਧਾਰੀ ਸੀ ਆਪਣਾ ਹੁਕਮ ਰੂਪੀ ਡੰਡ ਧਾਰਨ ਵਾਲੇ ਬੇਅੰਤ ਰਾਜੇ ਸੀ ਜਿਸ ਕਾਰਨ ਉਹਨਾਂ ਨੂੰ ਵੀ ਕਹਿੰਦੇ ਟੋਟੇ ਟੋਟੇ ਕਰ ਦਿੱਤਾ। ਕਰੇ ਚੰਦਰਮਾ ਸੂਰ ਚੇਰੇ ਦੁਆਰ। ਇਹੋ ਜਿਹੇ ਵੀ ਦੁਨੀਆਂ ਵਿੱਚ ਹੋਇਆ ਰੌਣ ਵਰਗੇ ਜਿਨ੍ਹਾਂ ਨੇ ਆਪਣੇ ਕਹਿੰਦੇ ਦਰਵਾਜ਼ੇ ਤੇ ਚੰਦਰਮਾ ਸੂਰਜ ਨੂੰ ਕਹਿੰਦੇ ਸੇਵਕ ਬਣਾ ਲਿਆ। ਚੰਦ ਸੂਰਜ ਜਾ ਕੇ ਤਪਤ ਰਸੋਈ ਬੈਸੰਤਰ ਜਾ ਕੇ ਕਪੜੇ ਧੋਈ ਆ ਜਿਨ੍ਹਾਂ ਨੇ ਆਪਣੇ ਕਹਿੰਦੇ ਚੰਦਰਮਾ ਤੂੰ ਸੂਰ ਨੂੰ ਦਰਵਾਜ਼ੇ ਤੇ ਸੇਵਕ ਬਣਾ ਲਿਆ ਸੀ ਆਪਣੇ ਅਧੀਨ ਕਰ ਲਿਆ ਸੀ ਨੌਕਰ ਬਣਾ ਲਿਆ ਸੀ। ਜਿਨੇ ਇੰਦਰ ਸੇ ਜੀਤ ਕਾ ਛੋੜ ਡਾਰੇ। ਇਹਨਾਂ ਨੇ ਇੰਦਰ ਵਰਗੇ ਜਿਹੜੇ ਕਹਿੰਦੇ ਜਿੱਤ ਕੇ ਛੱਡੇ ਸੀ ਇਹ ਮੇਘ ਨਾਲ ਸੀ ਇਹਨੇ ਇੰਦਰ ਨੂੰ ਫੜ ਲਿਆ ਸੀ ਤੇ ਜਿੱਤ ਲਿਆ ਕਾਬੂ ਕਰ ਲਿਆ ਫਿਰ ਮਿੰਤਾਂ ਤਲੀਆਂ ਜਿਹੀਆਂ ਦੇ ਕੇ ਇਹਨੇ ਮੇਘਨਾਥ ਨੇ ਛੱਡ ਦਿੱਤਾ ਸੀ। ਇਸ ਤਰ੍ਹਾਂ ਕਹਿੰਦੇ ਜਿਹੜੇ ਰਾਵਣ ਦੇ ਪੁੱਤਰ ਮੇਘਨਾਥ ਵਰਗੇ ਸੀ ਇੰਦਰ ਵਰਗਿਆਂ ਨੂੰ ਜਿਨ੍ਹਾਂ ਨੂੰ ਜਿੱਤ ਕੇ ਕਹਿੰਦੇ ਛੱਡ ਦਿੱਤਾ ਸੀ। ਵਾਹ ਦੀਨ ਦੇਖੇ ਗਿਰੇ ਕਾਲ ਮਾਰੇ। ਕੋਈ ਮਹਾਕਾਲ ਦੇ ਮਾਰੇ ਹੋਏ ਇੱਥੇ ਡਿੱਗੇ ਹੋਏ ਤੇ ਬਹੁਤ ਦੀਨ ਜੇ ਕਹਿੰਦੇ ਦੇਖੇ ਗਏ ਉਹ ਧੱਕੇ ਅਸੀਂ ਦਿਵਦ੍ਰਿਸ਼ਟੀ ਨਾਲ ਇਹ ਮਹਾਕਾਲ ਤੋਂ ਜਿਹੜੇ ਉਹ ਕੋਈ ਬਚਿਆ ਨਹੀਂ ਹੈ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹ ਮਹਾਕਾਲਕ ਦਾ ਰੂਪ ਭੰਨ ਕੇ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦੇ ਵਿੱਚ ਕੋਈ ਲਫ਼ਜ਼ ਕਹੇ ਹੈ। ਇੱਥੇ 69 ਪੌੜੀਆਂ ਇਹ ਪੂਰੀਆਂ ਹੋ ਗਈਆਂ ਹਨ। ਇਸ ਤੋਂ ਅਗਲੇ ਪੌੜੀਆਂ ਦੀ ਜਿਹੜੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਸਮਾਪਤੀ ਹੈ ਜੀ। ਜਿਨੈ ਖੰਡੀਅੰ ਦੰਡ ਧਾਰੰ ਅਪਾਰੰ। ਕਰੇ ਚੰਦਰਮਾ ਸੂਰ ਚੇਰੇ ਦੁਆਰੰ। ਜਿਨੇ ਇੰਦਰ ਸੇ ਜੀਤ ਕੈ ਛੋੜ ਡਾਰੇ। ਵਾਹ ਦੀਨ ਦੇਖੇ ਗਿਰੇ ਕਾਲ ਮਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਠੀਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਂ ਆਧਾਰ, ਹੇ ਠਾਕੁਰ ਹੋਂ ਦਾਸ ਰੋ, ਮੈਂ ਨਿਰਗੁਣ ਗੁਣ ਖੋਜ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੋ, ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਚੜੇ ਪਾਲ, ਜੋ ਸਰਦਾ ਕਰ ਸੇਵਨ ਗੁਰੂ ਪਾਰੇ ਉਸਾਰਨ ਹਾਰ, ਜੋ ਸਰਦਾ ਕਰ ਸੇਵਨ ਗੁਰੂ ਪਾਰੇ ਉਸਾਰਨ ਹਾਰ, ਚੱਕਰ ਚਿਹਨ ਅਰ ਵਰਨ ਜਾਤ, ਹਰ ਪਾਤ ਨਿਹਨ ਜਹੇ, ਰੂਪ ਰੰਗ ਅਰ ਰੇਖ ਪੇਖ, ਕੋ ਕਹਿ ਨ ਸਕਤ ਕੇ, ਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋ ਯਕ ਜੈ, ਕੋਟ ਇੰਦਰ ਇੰਦਰਾਨ, ਸਾਹੇ ਸਾਹਣ ਗਿਨਜੈ, ਤ੍ਰਿਪਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤਿਰਨ ਕਹਿਤ, ਵੈ ਸਰਬਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ, ਅਸ ਕਿਰਪਾਨ ਖੰਡੋ ਖੜਗ, ਤੁਪਕ ਤਬਰ ਅਰਤੀ, ਸੈਫ ਸਰੋਹੀ ਸਹਸੀ, ਜਹ ਹਮਾਰੇ ਪੀਰ, ਤੀਰ ਤੁਹੀ ਸੈਸੀ ਤੁਹੀ ਤਬਰ ਤਰਵਾਰ, ਨਾ
ਨਾਮ ਤਿਹਾਰੋ ਜੋ ਜਪੈ ਭੈ ਸਿੰਧ ਪਉ ਪਾਰ। ਕਾਲ ਤੁਹੀ ਕਾਲੀ ਤੁਹੀ ਤੁਹੀ ਤੇਰੀ ਅਰਤੀ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗ ਵੀਰ। ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲਿਹੋ ਵਾਰੀ। ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ। ਨਮਸ਼ਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਲਾਇ ਪੂਰਨ ਕਰੋ ਗ੍ਰੰਥ ਇਹ ਤੁਮ ਹੋਇ ਕਰੋ ਸਹਾਇ। ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਇ ਅੰਧ ਲਖੈ ਬਜਰੋ ਸੁਨੈ ਜੋ ਕਾਲ ਕਿਰਪਾ ਕਰਾਇ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਸਾਹਿਬ ਜੀਓ। ਰਸਾਵਲ ਛੰਦ ਜਿਤੇ ਰਾਮ ਹੂਏ ਸਭੈ ਅੰਤ ਮੂਏ ਜਿਤੇ ਕ੍ਰਿਸ਼ਨ ਹੋਇ ਹੈ ਸਭੈ ਅੰਤ ਜੈ ਹੈ ਜਿਤੇ ਦੇਵ ਹੋਸੀ ਸਭੈ ਅੰਤ ਜਾਸੀ ਜਿਤੇ ਬੋਧ ਹੋਇ ਹੈ ਸਭੈ ਅੰਤ ਛੈ ਹੈ। ਰਸਾਵਲ ਛੰਦ ਜਿਤੇ ਰਾਮ ਹੂਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਿੱਤਰ ਹਜ਼ੂਰੀ ਵਿਖੇ ਮਹਾਨ ਸੁੰਦਰ ਜੀਵਾਨ ਸਜਿਆ ਹੋਇਆ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗ੍ਰੰਥੀ ਸਾਹਿਬ ਦੀ ਰਚਨਾ ਰਾਹੀਂ ਹੀ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ। ਗੁਰੂ ਕਲਗੀਧਰ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਵਿਚਾਰ ਮੁੜ ਤੋਂ ਪ੍ਰਾਰੰਭ ਹੋਈ ਹੈ। ਆਪਾਂ ਲੜੀਵਾਰ ਨੂੰ ਵਿਚਾਰਾਂ ਕਰਦੇ ਜਾ ਰਹੇ ਹਾਂ। ਕੱਲ ਦੇ ਦੀਵਾਨ ਵਿੱਚ ਵਿਚਿੱਤਰ ਨਾਟਕ ਬਾਣੀ ਦੀਆਂ 69 ਪੌੜੀਆਂ ਪੂਰੀਆਂ ਹੋ ਗਈਆਂ ਸਨ। ਅਜੇ 70ਵੀਂ ਪੌੜੀ ਦੀ ਜਿਹੜੀ ਵਿਚਾਰ ਹੈ ਉਹਦੀ ਆਪਾਂ ਪ੍ਰਾਰੰਭਤਾ ਕਰ ਰਹੇ ਹਾਂ। ਇਹਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਮਹਿਮਾ ਵਡਿਆਈ ਆਪ ਜੀ ਨੇ ਸੋਹਣੇ ਰੂਪ ਦੇ ਵਿੱਚ ਬਿਆਨ ਕੀਤੀ ਹੈ ਵੀ ਉਹ ਜਿਹੜਾ ਵਾਹਿਗੁਰੂ ਹੈ ਉਸੇ ਨੇ ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹੈ ਰੂਪ ਧਾਰਨ ਕੀਤਾ ਹੋਇਆ ਹੈ। ਜਿੰਨੇ ਇੱਥੇ ਦੁਨੀਆਂ ਵਿੱਚ ਬੜੇ ਬੜੇ ਅਵਤਾਰ ਹਨ ਉਹਦੇ ਵਰਗਾ ਕੋਈ ਨਹੀਂ ਹੈ, ਕਿਉਂਕਿ ਇੱਕੋ ਕਾਲ ਤੋਂ ਰਹਿਤ ਹੈ, ਬਾਕੀ ਸਾਰੇ ਕਾਲ ਦੇ ਅਧੀਨ ਹੈ, ਮੌਤ ਦੇ ਅਧੀਨ ਹਨ। ਇੱਕ ਹੀ ਕਾਲ ਅਕਾਲ ਸਦਾ ਹੈ। ਅਜੇ ਇਹਦੇ ਵਿੱਚ ਆ ਜਾਣਾ ਸਪਸ਼ਟ ਵੀ ਇੱਕੋ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਅਕਾਲ ਹੈ, ਕਾਲ ਤੋਂ ਰਹਿਤ ਹੈ। ਉਹ ਜਿੰਨੇ ਸੰਸਾਰ ਦੇ ਵਿੱਚ ਹੈ ਸਮੇਂ ਸਮੇਂ ਅਨੁਸਾਰ ਸਾਰੇ ਕਾਲ ਦੇ ਅਧੀਨ ਹੋਏ ਹੈ ਤੇ ਹੋਣਗੇ। ਅੱਜ ਵੀ ਜਿਹੜੇ ਤ੍ਰੇਤੇ ਯੁੱਗ ਵਿੱਚ ਹੋਏ ਜਾਂ ਦੁਆਪਰ ਯੁੱਗ ਦੇ ਵਿੱਚ ਹੋਏ ਹੈ, ਜਿਨ੍ਹਾਂ ਨੂੰ ਕੋਈ 14 ਕਲਾਂ ਵਾਲੇ ਅਵਤਾਰ, ਕਿਸੇ ਨੂੰ 16 ਕਲਾਂ ਵਾਲਾ ਅਵਤਾਰ ਕਿਹਾ ਜਾਂਦਾ ਹੈ, ਉਹ ਵੀ ਇਸ ਸੰਸਾਰ ਦੇ ਵਿੱਚ ਨਹੀਂ ਰਹੇ, ਉਹ ਵੀ ਇਹ ਕਾਲ ਦੇ ਬਸ ਹੋਏ। ਉਹ ਸ਼ਾਵਰ ਛੰਦ ਜਿਹੜਾ ਇਹਦੇ ਵਿੱਚ ਆਪ ਜੀ ਬਾਣੀ ਉਚਾਰਦੇ ਹੋਏ ਇਹ ਸਪਸ਼ਟ ਕਰ ਰਹੇ ਹਨ। ਚਿਤੇ ਰਾਮ ਹੋਏ ਮਹਾਰਾਜ ਕਹਿੰਦੇ ਸਿੰਘੋ ਜਿਤਨੇ ਵੀ ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਵਰਗੇ ਹੋਏ ਨੇ, ਜਿਵੇਂ ਉਹ ਕਾਲ ਪੁਰਖੀ ਦੇ ਮੁਖ ਕੋਟ ਵਿਸ਼ਨੂੰ ਮਹੇਸ਼ ਕੋਟਿੰਦਰ ਬ੍ਰਹਮਾ ਕਿਤੇ ਰਾਸਸ ਕੋਲ ਜਲੇਸ ਕਿਹਾ ਹੈ, ਕੋਟ ਵਿਸ਼ਨ ਕਿੰਨੇ ਅਵਤਾਰ, ਕੋਟ ਬ੍ਰਹਮੰਡ ਜਾਂ ਕੀ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਮਹਾਜਨ ਲਾਏ। ਇੱਕ ਇੱਕ ਬ੍ਰਹਮੰਡ ਦੇ ਵਿੱਚ ਬੇਅੰਤ ਬੰਤ ਹੈ, ਇਸ ਕਰਕੇ ਇੱਥੇ ਬਹੁ ਬਚਨ ਵਿੱਚ ਲਫ਼ਜ਼ ਵਰਤਿਆ ਹੈ ਵੀ ਜਿੰਨੇ ਵੀ ਉਹ ਦਸ਼ਰਥ ਦੇ ਪੁੱਤਰ ਜਿਹੜੇ ਰਾਮ ਵਰਗੇ ਅਵਤਾਰ ਤ੍ਰੇਤੇ ਯੁੱਗ ਵਿੱਚ ਸੰਸਾਰ ਦੇ ਵਿੱਚ ਹੋਏ ਹਨ ਸਭ ਅੰਤ ਮੂਏ। ਸਾਰਿਆਂ ਦਾ ਜਦੋਂ ਅੰਤ ਦਾ ਸਮਾਂ ਆਇਆ ਉਹ ਵੀ ਇੱਥੇ ਇੱਜ਼ਤ ਨਹੀਂ ਰਹੇ ਹੈ। ਸਾਰੇ ਕਹਿੰਦੇ ਅੰਤ ਨੂੰ ਆਪਣੀ ਨੂੰਹ ਇੱਥੋਂ ਮਰ ਗਏ, ਮਰ ਕੇ ਚਲੇ ਗਏ। ਜਿੱਤੇ ਕ੍ਰਿਸ਼ਨ ਹੋਏ ਹੈ, ਹਾਂ ਜਿੱਤੇ ਕ੍ਰਿਸ਼ਨ ਹੋਏ ਹੈ, ਉਹ ਆਹੇ ਨੂੰ ਅੰਕੜ, ਈੜੀ ਨੂੰ ਸਿਹਾਰੀ, ਇਸ ਤਰ੍ਹਾਂ ਇਹ ਸ਼ੁੱਧ ਹੈ
ਪੱਗਾਂ ਵਿੱਚ ਹਾਹੇ ਨੂੰ ਦਲਾਈਆਂ ਲੱਗੀਆਂ ਹੋਈਆਂ ਤੇ ਹਾਹੇ ਦੇ ਹੇਠਾਂ ਵਾਹਵਾ ਹੈ। ਇਹ ਜਿਹੜਾ ਸ਼ੁੱਧ ਰੂਪ ਹੈ ਉਹ ਔਂਕੜ ਨਾਲ ਹੈ, ਈੜੀ ਸਿਹਾਰੀ ਨਾਲ ਹੋਏ ਹੈ। ਜਿਤਨੇ ਵੀ ਉਹ ਦੁਆਪਰ ਦੇ ਵਿੱਚ ਦੁਆਪਰ ਯੁੱਗ ਦੇ ਕ੍ਰਿਸ਼ਨ ਵਰਗੇ ਹੋਏ ਹਨ ਸਭ ਅੰਤ ਜੈ ਹੈ। ਹਰ ਕਹਿੰਦੇ ਅੰਤ ਦੇ ਸਮੇਂ ਜੈ ਹੈ ਕਿ ਇਹ ਚਲੇ ਗਏ ਹੈ, ਤੇ ਆਉਣ ਵਾਲੇ ਸਮੇਂ ਵੀ ਜਿਹੜੇ ਕੋਈ ਜਦੋਂ ਵੀ ਦੁਆਪਰ ਯੁੱਗ ਹੋਇਆ ਤੇ ਕ੍ਰਿਸ਼ਨ ਵਰਗੇ ਪੈਦਾ ਹੋਣਗੇ ਉਸ ਵੇਲੇ ਵੀ ਰਹਿਣਗੇ ਨੀ, ਉਹ ਚਲੇ ਜਾਣਗੇ। ਜਿਤੇ ਦੇਵ ਹੋ ਸੀ, ਮਹਾਰਾਜ ਕਹਿੰਦੇ ਸਿੰਘ ਹੋ ਜਿਤਨੇ ਦੇਵੀ ਦੇਵਤੇ ਪਿੱਛੇ ਹੋਇਆ ਤੇ ਅੱਗੇ ਨੂੰ ਹੋ ਬਣਗੇ। ਸਭ ਅੰਤ ਜਾਸੀ, ਸਾਰਿਆਂ ਨੇ ਅੰਤ ਨੂੰ ਅਖੀਰ ਨੂੰ ਇੱਥੋਂ ਚਲੇ ਜਾਣਾ ਹੈ, ਚਲੇ ਜਾਣਗੇ ਜਦੋਂ ਸਮਾਂ ਆ ਗਿਆ। ਜਿਤੇ ਬੋਧ ਹੋਏ ਹੈ, ਜਿਤਨੇ ਕਹਿੰਦੇ ਬੁੱਧ ਅਵਤਾਰ ਜਾਂ ਬੋਧ ਅਵਤਾਰ ਵਰਗੇ ਹੋਏ ਹੈ ਕਿ ਇਹ ਹੋਏ ਹਨ ਜਾਂ ਉਹ ਬੋਧ ਨਾਮ ਗੌਤਮ ਦਾ ਨਾਮ ਵੀ ਹੈ, ਬੋਧ ਅਵਤਾਰ ਜਾਂ ਗੌਤਮ ਵਗੈਰਾ ਹੋਇਆ ਕਿ ਹੋਏ ਹੈ ਨ। ਸਭ ਅੰਤ ਛੈ ਹੈ, ਇੱਥੇ ਵੀ ਹੋਏ ਹੈ। ਆਹੇ ਨੂੰ ਅੰਕੜ ਈੜੀ ਨੂੰ ਸਿਹਾਰੀ ਨਾਲ ਹੀ ਪਾਠ ਸ਼ੁੱਧ ਹੈ, ਹੋਏ ਹੈ। ਸਭ ਅੰਤ ਛੈ ਹੈ, ਸਾਰੇ ਅੰਤ ਨੂੰ ਅਖੀਰ ਨੂੰ ਛੈ ਹੈ, ਨਾਸ ਹੋ ਗਏ ਹਨ। ਜਿਤੇ ਦੇਵ ਰਾਯੰ, ਹੋਰ ਤਾਂ ਹੋਰ ਕਿ ਜਿਤਨੇ ਦੇਵਤਿਆਂ ਦੇ ਰਾਜਾ ਇੰਦਰ ਵਰਗੇ ਹਨ। ਸਭ ਅੰਤ ਜਾਯੰ, ਸਾਰੇ ਜਦੋਂ ਅੰਤ ਦਾ ਅਖੀਰ ਦਾ ਸਮਾਂ ਆਇਆ ਉਹ ਇੱਥੋਂ ਚਲੇ ਗਏ ਹੈ। ਹੁਣ ਵੀ ਜਿਹੜੇ ਇੰਦਰ ਵਰਗੇ ਇੱਥੇ ਹੈ ਉਹ ਕਹਿੰਦੇ ਚਲੇ ਜਾਣਗੇ ਇੱਥੇ। ਰਾਯੰ ਜਾਯੰ ਇਹ ਪੂਰੇ ਜਿਹੇ ਨਹੀਂ, ਉਪਰੋਂ ਖੁੱਲਾ ਹੈ। ਇਸ ਤਰ੍ਹਾਂ ਹੀ ਸ਼ੁੱਧ ਹਨ। ਜਿਤੇ ਦਈਤ ਏਸ਼ੰ, ਹਾਂ ਜਿਤਨੇ ਵੀ ਦੇਵਤਾਂ ਦੇ ਏਸ਼ੰ ਈਸ਼ਰ ਹਨ, ਮਾਲਕ ਹਨ। ਇਹ ਹਿਰਣਕਸ਼ਯਪ ਤੇ ਹਰਨਾਕਸ਼ ਦੇਵਤਾਂ ਦੇ ਈਸ਼ਰ ਸੀ ਨ, ਸੰਭ ਤੇ ਨਿਸ਼ੰਭ ਜਿਹੜੇ ਇਹ ਦੋਵੇਂ ਭਰਾ ਇਹ ਵੀ ਦੇਵਤਾਂ ਦੇ ਮਾਲਕ ਸਨ, ਮੁਖੀ ਸਨ। ਹਰਨਾਕ ਤੇ ਹਿਰਨਕਸ਼ ਵਰਗੇ ਜਿਹੜੇ ਦੇਵਤਾਂ ਦੇ ਮਾਲਕ ਹਨ, ਸੰਭ ਤੇ ਨਿਸੰਭ ਜਿਹੜੇ ਦੇਵਤਾਂ ਦੇ ਮਾਲਕ ਹਨ। ਤਿਤਿਓ ਕਾਲ ਲੇਸੰ, ਹਾਂ ਤਿਤਿਓ ਕਾਲ ਲੇਸੰ, ਕਹਿੰਦੇ ਉਹਨਾਂ ਨੂੰ ਸਾਰਿਆਂ ਨੂੰ ਕਾਲ ਨੇ ਕਹਿੰਦੇ ਲੇਸੋਂ ਕੀ ਲੈ ਲਿਆ ਹੈ, ਤੇ ਅੱਗੇ ਜਿਹੜੇ ਹੋਣਗੇ ਉਹਨਾਂ ਨੂੰ ਵੀ ਕਾਲ ਜਿਹੜਾ ਹੈ ਉਹ ਇੱਥੋਂ ਲੈ ਜਾਏਗਾ, ਮਾਰ ਕੇ ਲੈ ਕਰ ਲਵੇਗਾ। ਨਰਸਿੰਘ ਅਵਤਾਰ, ਇਸੇ ਤਰ੍ਹਾਂ ਜਿਹੜਾ ਕੋਈ ਨਰਸਿੰਘ ਅਵਤਾਰ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਹੋਇਆ ਹੈ। ਇੱਥੇ ਪੁਰਸ਼ ਰੂਪ ਤੇ ਦੇਖ ਲੈਣ, ਇਹਦੇ ਕੋਲ ਤਾਂ ਆੜਾ ਹੈ। ਵਹੇ ਕਾਲ ਮਾਰੰ, ਉਸਨੂੰ ਵਹਿ ਉਸਨੂੰ ਵੀ ਆਖਰੀ ਕਹਿੰਦੇ ਕਾਲ ਨੇ ਮਾਰ ਲਿਆ ਹੈ,
ਕਿਉਂਕਿ ਵਿਸ਼ਨੂੰ ਦਾ ਹੀ ਅਵਤਾਰ, ਨਰਸਿੰਘ ਅਵਤਾਰ, ਜਦੋਂ ਵਿਸ਼ਨੂੰ ਨਹੀਂ ਰਹਿੰਦਾ ਹੈ ਤੇ ਫਿਰ ਉਹਦੇ ਜਿਹੜੇ ਅਵਤਾਰ ਹੈ ਧਾਰਨ ਕੀਤੇ ਉਹ ਕਿਵੇਂ ਇੱਥੇ ਸਥਿਰ ਰਹਿਣਗੇ? ਹੁਣ ਕਿਹੜਾ ਇੱਥੇ ਨਰਸਿੰਘ ਅਵਤਾਰ ਦਿਸਦਾ ਹੈ? ਜਿਹੜਾ ਨਰਸਿੰਘ ਅਵਤਾਰ ਹੋਇਆ ਪ੍ਰਹਿਲਾਦ ਜੀ ਰੱਖਿਆ ਕਰਨ ਵਾਲੀ, ਉਸ ਨੂੰ ਵੀ ਕਾਲਣੇ ਕਹਿੰਦੇ ਮਾਲ ਲਿਆ ਹੈ ਅਖੀਰ ਨੂੰ ਵੱਡੋ ਦੰਡ ਧਾਰੀ। ਹਾਂ, ਦੱਦੇ ਨਾਲ ਇੱਥੇ ਦੰਡ, ਦੰਡ ਜਿਹੜਾ ਦੰਡ ਹੈ ਨਾ, ਇੱਥੇ ਦੰਡ ਡੱਡਾ ਨਾਲ ਛਪਿਆ ਹੋਇਆ ਸੀ, ਦੰਡ ਕੀਤਾ ਹੋਇਆ, ਸ਼ੁੱਧ ਦੰਡ ਹੈ। ਵੱਡੋ ਦੰਡ ਧਾਰੀ, ਕਹਿੰਦੇ ਬੜੀਆਂ ਬੜੀਆਂ ਜਿਹੜਾ ਦਾੜਾਂ ਧਾਰਨ ਵਾਲਾ, ਜਾੜਾਂ ਧਾਰਨ ਵਾਲਾ, ਵੱਡੀ ਸਾਰੀ ਖੁੱਡ ਵਾਲਾ, ਜਾੜਾਂ ਵਾਲਾ, ਜਿਹੜਾ ਬ੍ਰਾਹ ਅਵਤਾਰ ਹੋਇਆ ਹੈ, ਹਨਿਓ ਕਾਲ ਭਾਰੀ, ਜਿਹੜਾ ਭਾਰੀ ਕਾਲ ਹੈ, ਉਸਨੇ ਵੀ ਕਹਿੰਦੇ ਉਸ ਬ੍ਰਾਹ ਅਵਤਾਰ ਨੂੰ ਕਹਿੰਦੇ ਨਾਸ ਕਰ ਸਟਿਆ ਨੂੰ ਮਾਰ ਮੁਕਾਇਆ। ਹਨਿਓ ਕਾਲ ਦਿਜੰਗ ਬਾਬ ਨੇਯੰ, ਦਿਜੰਗ ਬਾਬ ਨੇਯੰ, ਜਿਹੜਾ ਬ੍ਰਾਹਮਣ ਕਹਿੰਦੇ ਬਾਬਨ ਅਵਤਾਰ ਹੋਇਆ, ਉਹ ਜਿਸਨੇ ਉਹ ਬਲ ਰਾਜੇ ਨੂੰ ਪਤਾਲ ਦਾ ਰਾਜ ਭਾਗ ਦੇ ਪਤਾਲ ਵਿੱਚ ਭੇਜਣ ਵਾਸਤੇ ਢਾਈ ਕਰਮਾਂ ਨਾਲ ਹੀ ਸਾਰੀ ਧਰਤੀ ਦੋ ਕਰਮਾਂ ਨਾਲ ਵੱਡਾ ਰੂਪ ਧਾਰਨ ਕਰਕੇ ਇਹ ਭੁੱਲੀ ਤੀ, ਇਸ ਲਈ ਹਰ ਦਿੱਤੀ, ਫਿਰ ਅੱਧੀ ਜਿਹੜੀ ਕਰਮ ਹੈ ਉਹ ਸਰੀਰ ਤੇ ਉਹਦੇ ਚਰਨ ਰੱਖ ਕੇ ਇਹਨੂੰ ਪਤਾਲ ਦੇਸ਼ ਭੇਜ ਦਿੱਤਾ। ਇਉਂ ਜਿਹੜਾ ਕਹਿੰਦੇ ਬੋਣਾ ਜਿਹਾ ਅਵਤਾਰ ਹੋਇਆ ਹੈ, ਬਾਵਨ ਅਵਤਾਰ ਹੋਇਆ ਬ੍ਰਹਿਮਣ, ਹਨਿਓ ਕਾਲ ਤੇ ਦਿਨੋ ਦਾ ਅਰਥ ਬ੍ਰਹਿਮਣ ਹੁੰਦਾ, ਬ੍ਰਹਿਮਣ ਦਾ ਅਰਥ ਪਵਿੱਤਰ ਹੁੰਦਾ, ਜਿਹੜਾ ਪਵਿੱਤਰ ਅਵਤਾਰ ਬਾਵਨ ਹੋਇਆ, ਬ੍ਰਾਹਮਣ ਅਵਤਾਰ ਬਾਵਨ ਹੋਇਆ ਹੈ, ਉਹਨੂੰ ਵੀ ਕਿਉਂਕਿ ਉਸ ਨੂੰ ਵੀ ਕਾਰਨੇ ਅਕੀਰੀ ਹਣਿਓ ਕੀ ਨਾਸ ਕਰ ਦਿੱਤਾ, ਉਹਨੂੰ ਵੀ ਮਾਰ ਮੁਕਾਇਆ। ਮਹਾ ਮੱਛ ਮੁੰਡੰ, ਮਹਾਨ ਜਿਹੜੀਆਂ ਮੁੱਛਾਂ ਦੇ ਮੁੱਛ ਦੇ ਮੁੰਡੋ ਕੀ ਮੁੰਡ ਵਾਲਾ ਸੀ, ਸਿਰ ਵਾਲਾ ਸੀ, ਮੂੰਹ ਵਾਲਾ ਸੀ, ਮਹਾਨ ਕਹਿੰਦੇ ਮੱਛ ਦੇ ਮੁੱਖ ਵਾਲਾ ਸੀ, ਮੱਛ ਅਵਤਾਰ ਹੈ। ਫਤਿਓ ਕਾਲ ਝੁੰਡੰ, ਹਾਂ ਉਹਨੂੰ ਵੀ ਕਹਿੰਦੇ ਕਾਲ ਨੇ ਜਿਹੜਾ ਹੈ ਚੰਗੀ ਤਰ੍ਹਾਂ ਕਹਿੰਦੇ ਮਾਰ ਲਿਆ, ਉਹਨੂੰ ਵੀ ਉਹਨੇ ਉਹ ਕਾਲ ਝੁੰਡੂ, ਝੁੰਡੂ ਦਾ ਇਸ ਕੀ ਅਰਥ ਲਿਆ, ਉਹਨਾਂ ਸਾਰਿਆਂ ਨੂੰ ਕਾਲ ਕਾਲ ਨੇ ਨਾਸ ਕਰ ਦਿੱਤਾ। ਫਤਿਓ ਕਾਲ ਝੁੰਡੰ, ਸਾਰਾ ਕਾਲ ਦੇ ਕਹਿੰਦੇ ਬਸ ਵਿਚ ਹੋ ਗਿਆ, ਕਾਲ ਦੇ ਅਧੀਨ ਹੋ ਗਿਆ ਹੈ। ਜਿਤੇ ਹੋਏ ਬੀਤੇ, ਸਭ ਤਰ੍ਹਾਂ ਕਰਕੇ ਕਾਲ ਦੇ ਉਹ ਬਸ ਹੋ ਗਿਆ, ਗਰਸ ਲਿਆ। ਜਿਤੇ ਹੋਏ ਬੀਤੇ, ਜਿਤਨੇ ਵੀ ਸੰਸਾਰ ਦੇ ਵਿਚ ਕਹਿੰਦੇ ਬੜੇ ਬੜੇ ਹੋ ਕੇ ਬੀਤੇ ਕੀਏ ਚਲੇ ਗਏ, ਤਿਤੇ ਕਾਲ ਜੀਤੇ, ਹਾਂ ਉਤਨਿਆਂ ਨੂੰ ਸਾਰਿਆਂ ਨੂੰ ਕਹਿੰਦੇ ਕਾਲ ਨੇ ਜਿੱਤ ਲਿਆ, ਆਪਣੇ ਅਧੀਨ ਕਰ ਲਿਆ, ਕਾਬੂ ਕਰ ਲਿਆ ਹੈ। ਜਿਤੇ ਸਰਨ ਜੈ ਹੈ, ਐ ਖਾਲਸਾ ਜੀ, ਜਿੰਨੇ ਵੀ ਕੋਈ
ਉਹ ਅਕਾਲ ਪੁਰਖ ਵਾਹਿਗੁਰੂ ਦੀ ਚਰਨ ਸ਼ਰਨ ਵਿੱਚ ਚਲੇ ਜਾਣਗੇ ਤੇ ਉਹ ਰਾਖ ਲੈ ਹੈ ਸਾਰਿਆਂ ਨੂੰ ਜਿਹੜਾ ਅਕਾਲ ਪੁਰਖ ਹੈ ਕਾਲ ਤੋਂ ਬਚਾ ਕੇ ਰੱਖ ਲਵੇਗਾ ਤੇ ਪਿੱਛੇ ਉਹਨਾਂ ਨੇ ਬਚਾ ਕੇ ਰੱਖਿਆ ਉਹਨਾਂ ਨੂੰ ਅਮਰ ਅਵਨਾਸ਼ੀ ਕਰ ਦਿੱਤਾ ਹੈ ਭੁਜੰਗ ਪ੍ਰਿਆਤ ਛੰਦ ਬਿਨਾ ਸ਼ਰਨ ਤਾਕੀ ਨ ਔਰੈ ਉਪਾਯੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਤੋਂ ਬਗੈਰ ਉਹ ਕਾਲ ਤੋਂ ਬਚਣ ਵਾਸਤੇ ਹੋਰ ਕੋਈ ਉਪਰਾਲਾ ਹੀਲਾ ਨਹੀਂ ਹੋ ਸਕਦਾ ਹੈ ਕਹਾ ਦੇਵ ਦੈਤੰ ਕਹਾ ਰੰਕ ਰਾਯੰ ਮਹਾਰਾਜ ਕਹਿੰਦੇ ਖਾਲਸਾ ਜੀ ਕਿੱਥੇ ਉਹ ਦੇਵਤੇ ਹਨ ਤੇ ਕਿੱਥੇ ਉਹ ਦੈਤੰ ਕੀ ਦੈਤ ਹਨ ਕਿੱਥੇ ਕੰਗਾਲ ਤੇ ਰਾਜੇ ਹਨ ਜਾਂ ਕੀ ਹਨ ਉਹ ਕਾਲ ਦੇ ਅੱਗੇ ਦੇਵਤੇ ਕੀ ਹਨ ਦੈਤ ਕੀ ਹਨ ਕੰਗਾਲ ਤੇ ਕੀ ਹਨ ਰਾਜੇ ਮਹਾਰਾਜੇ ਕਹਾ ਪਾਤ ਸਾਹੰ ਕਹਾ ਓਮ ਰਾਯੰ ਤਖਤਾਂ ਦੇ ਮਾਲਕ ਸੀ ਚੱਕਰਵਰਤੀ ਪਾਤਸ਼ਾਹ ਸੀ ਉਹ ਕੀ ਹੈ ਕਾਲ ਦੇ ਕਿੱਥੇ ਹਨ ਕਹਾ ਰੇ ਅਰਥ ਦੋ ਹੈ ਕਿੱਥੇ ਹਨ ਪਾਤਸ਼ਾਹ ਕੀ ਹਨ ਪਾਤਸ਼ਾਹ ਉਹਦੇ ਅੱਗੇ ਕੀ ਹਨ ਉਮਰਾਵ ਅਹਿਲਕਾਰ ਵਗੈਰਾ ਬਿਨਾ ਸ਼ਰਨ ਤਾਕੀ ਨਾ ਕੋਟਾ ਉਪਾਏ ਬਿਨਾ ਅਕਾਲ ਪੁਰਖ ਦੀ ਸ਼ਰਨ ਲੈ ਤੋਂ ਭਾਵੇਂ ਕੋਈ ਕਰੋੜਾਂ ਉਪਰਾਲੇ ਹੀਲੇ ਕਰ ਲੈ ਉਹ ਜਿਹੜਾ ਕਾਲ ਹੈ ਨਾ ਉਹ ਮਹਾਕਾਲ ਹੈ ਉਹ ਤੋਂ ਕੋਈ ਬਚ ਨਹੀਂ ਸਕਦਾ ਹੈ ਸਭਨਾਂ ਨੂੰ ਮਾਰ ਲੈਂਦਾ ਤੇ ਮਾਰ ਲਵੇਗਾ ਜਿਤੇ ਜੀਵ ਜੰਤੰ ਸੋ ਦੁਨੀਆਂ ਉਪਾਯੰ ਜਿੰਨੇ ਵੀ ਜੀਵ ਜੰਤ ਇਹ ਦੁਨੀਆਂ ਵਿੱਚ ਸੰਸਾਰ ਦੇ ਵਿੱਚ ਪੈਦਾ ਹੋਏ ਹੈ ਸਭ ਅੰਤ ਕਾਲੰ ਬਲੀ ਕਾਲ ਕਾਇੰ ਖਾਲਸਾ ਜੀ ਜਿਹੜਾ ਕਾਲ ਬਲੀ ਹੈ ਉਹਨੇ ਜਦੋਂ ਅੰਤ ਦਾ ਸਮਾਂ ਆਇਆ ਹੈ ਸਾਰਿਆਂ ਨੂੰ ਉਹਨੇ ਕਾਇਓ ਕੀਏ ਖਤਮ ਕਰ ਦਿੱਤਾ ਨਾਸ ਕਰ ਦਿੱਤਾ ਬਿਨਾ ਸ਼ਰਨ ਤਾਕੀ ਨਹੀਂ ਔਰ ਓਟੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਲਏ ਤੋਂ ਬਗੈਰ ਉਹ ਕਾਲ ਤੋਂ ਬਚਣ ਵਾਸਤੇ ਹੋਰ ਕੋਈ ਓਟ ਨਹੀਂ ਹੈ ਸਹਾਰਾ ਨਹੀਂ ਹੈ ਲਿਖੰ ਜੰਤਰ ਕੇਤੇ ਪੜੇ ਮੰਤਰ ਕੋਟੰ ਲਿਖਾ ਲਿਖੰ ਇੱਥੇ ਮੇਰੇ ਕੋਲ ਲਿਖਿਆ ਬਣਿਆ ਲਿਖਿਆ ਜੰਤਰ ਕੇਤੇ ਕਹਿੰਦੇ ਜਿੰਨੇ ਮਰਜ਼ੀ ਕੋਈ ਤਵੀਤਾ ਗਏ ਜੇ ਲਿਖ ਲਵੇ ਲਿਖੇ ਲਿਖੋ ਦੇ ਸਾਂ ਲਿਖੇ ਬਣਾਇਆ ਹੋਇਆ ਲਿਖਿਆ ਜੰਤਰ ਕੀਤੇ ਕਿੰਨੇ ਮਰਜ਼ੀ ਤਵੀਤਾ ਗਏ ਲਿਖ ਲਵੇ ਤੇ ਗਲ ਵਿਚ ਪਾ ਲਏ ਪੜੇ ਮੰਤਰ ਕੋਟੰ ਪੜੋ ਮੰਤਰ ਕੋਟੋਂ ਭਾਵੇਂ ਇਕ ਮੰਤਰ ਦਾ ਕੀ ਆ ਕਰੋੜਾਂ ਮੰਤਰ ਵੀ ਪੜ ਪੜਾ ਲਵੇ ਜਿਵੇਂ ਕੀ ਆ ਕੋਈ ਮੰਤਰ ਜਾ ਫੜ ਕੇ ਫੂਕ ਫੱਕਾਂ ਜਿਹੀਆਂ ਮਾਰਦੇ ਹੁੰਦੇ ਥੋੜੇ ਕਰਦੇ ਕਹਿੰਦੇ ਜਿੰਨੇ ਮੰਤਰ ਜੀ ਫੂਕਾਂ ਫੱਕਾਂ ਜਿਹੀਆਂ ਮਾਰ ਕੇ ਪੜ ਲਏ ਬਹੁਤ ਤਾਂ ਨਹੀਂ ਬਚ ਸਕੇਗਾ ਉਹ ਮਹਾਂਕਾਲ ਉਹਨਾਂ ਨੂੰ ਫੂਕਾਂ ਮਾਰਨਾ ਥੋੜਾ ਕਰਨ ਵਾਲਿਆਂ ਨੂੰ ਮਾਰ ਲਏਗਾ ਇਸ ਕਰਕੇ ਇੱਥੇ ਤਵੀਤਾ ਗਏ ਜਿੰਨੇ ਮਰਜ਼ੀ ਗਲ ਵਿੱਚ ਪਾਲੇ ਰੱਖਿਆ ਵਾਲੇ ਕਹਿੰਦੇ ਨਾ ਵੀ ਆ ਲੈ ਲਓ ਦੀਵਾਲੀ ਦਾ ਬਣਿਆ ਤਵੀਤ ਇਹ ਬੱਚੇ ਦੀ ਰੱਖਿਆ ਕਰੂਗਾ ਜਦੋਂ ਮੌਤ ਦਾ ਸਮਾਂ ਆਇਆ ਕੋਈ ਨੀ ਰੱਖਿਆ ਕਰਦਾ ਤਵੀਤ ਅੱਗਾ ਬਸ ਜਿੰਨੇ 100 ਪਾ ਲਓ 200 ਪਾ ਲਓ ਇਹ ਤਾਂ ਇੱਕ ਮੈਂ ਵੀ ਸ਼ਹਿਰ ਤੇ ਚਾਰ ਕੁੰਗਲਾਂ ਦੇ ਕਾਗਜ਼ ਦੇ ਨਾਲ ਸਾਡੇ ਬੱਚੇ ਦੀ ਰੱਖਿਆ ਹੋ ਜਾਊ
ਕੋਈ ਨਹੀਂ ਰੱਖਿਆ ਕਰਦਾ। ਸਪਸ਼ਟ ਗੁਰੂ ਕਲਗੀਧਰ ਜੀ ਕਰ ਰਿਹਾ ਜਿੰਦੇ ਮੰਤਰ ਕਹਿੰਦੇ ਤਵੀਤਾ ਅੱਗੇ ਲਿਖ ਲਵੇ ਧਾਲ ਲਵੇ ਪਾਣੀ ਵਿਚ ਤੇ ਕਰੋੜਾਂ ਮੰਤਰ ਪੜ ਲੇ ਨਹੀਂ ਬਚੇਗਾ ਮੌਤ ਤੋਂ। ਰਾਜ ਛੰਦ ਜਿਤੇ ਕ ਰਾਜ ਰੰਕਿਅੰ, ਜਿੰਨੇ ਵੀ ਇਹ ਦੁਨੀਆਂ ਵਿਚ ਰਾਜੇ ਹੋਏ ਹੈ ਤੇ ਕੰਗਾਲ ਹੋਏ ਹਨ, ਹਨੇ ਸੋ ਕਾਲ ਬੰਕਿਅੰ, ਕਹਿੰਦੇ ਜਿਹੜਾ ਬੰਕਿਅੰ ਕੀ ਤੇਜ ਕਾਲ ਹੈ, ਉਹਨੇ ਕਹਿੰਦੇ ਉਹਨਾਂ ਸਾਰਿਆਂ ਨੂੰ ਮਾਰ ਮੁਕਾਇਆ ਨਾਸ਼ ਕਰ ਸਿੱਟਿਆ। ਜਿਤੇ ਕੋ ਲੋਕ ਪਾਲਿਅੰ, ਜਿੰਨੇ ਵੀ ਆ ਲੋਕ ਪਾਲ ਹਨ ਜਿਨ੍ਹਾਂ ਨੂੰ ਅੱਠ ਦਿਗ ਪਾਲ ਕਿਹਾ ਜਾਂਦਾ ਹੈ, ਅੱਠ ਤਰਫੀ ਖੜੋਤੇ ਹੈ। ਹਾਂ ਪ੍ਰਭ ਸਾਖੀ ਪ੍ਰਭ ਦਾ ਅਸ਼ਟ ਉਪਾਏ, ਇਸ ਤਰ੍ਹਾਂ ਕਹਿੰਦੇ ਅੱਠ ਉਗਾਹੀ ਦੇਣ ਵਾਸਤੇ ਵੀ ਉਹਨਾਂ ਨੂੰ ਵੀ ਲੋਕ ਪਾਲ ਕੇ ਹੈ। ਇਸੇ ਤਰ੍ਹਾਂ ਧਰਤੀ ਦੇ ਅੱਠ ਕੋਨਿਆਂ ਉੱਪਰ ਚਾਰ ਤਰਫਾ ਤੇ ਚਾਰ ਜਿਹੜੀਆਂ ਨੁਕਰਾਂ ਇਹਨਾਂ ਵਿੱਚੋਂ ਖੜੋਤੇ ਹੈ, ਕੋਈ ਕੋਈ ਸੂਰਜ ਹੈ, ਇਸ ਤਰ੍ਹਾਂ ਉਹਨਾਂ ਦੀ ਨਾਗਨੀ ਹੈ। ਇਹ ਲੋਕ ਪਾਲ ਹਨ ਜਿੰਨੇ ਵੀ। ਨਿਦਾਨ ਕਾਲ ਦਾਲਿਅੰ, ਆਖੀਰ ਨੂੰ ਅੰਤ ਨੂੰ ਕਾਲ ਨੇ ਉਹਨਾਂ ਨੂੰ ਦਲ ਦਿੱਤਾ ਹੈ। ਕਿਰਪਾਨ ਪਾਨ ਜੇ ਜਪੈ, ਜਿਹਦੇ ਹੱਥਾਂ ਵਿਚੋਂ ਸ੍ਰੀ ਸਾਹਿਬ ਪਕੜੀ ਹੈ ਨਾ ਵਾਹਿਗੁਰੂ ਦੇ, ਜਿਹੜੇ ਉਹਨੂੰ ਜਪਣਗੇ ਅਨੰਤ ਥਾਟ ਤੇ ਥਪੈ, ਅਨੇਕਾਂ ਤਰ੍ਹਾਂ ਦੇ ਜਿਹੜੇ ਥਾੜਕੀ ਸਾਧਨ ਹਨ ਉਹ ਸਾਰੇ ਉਹਨਾਂ ਦੇ ਥਪੈ ਕੀਏ ਸਫਲੇ ਹੋ ਜਾਂਦੇ ਹਨ ਤੇ ਹੋ ਜਾਣਗੇ। ਜਿਤੇ ਕਾਲ ਧਿਆਏ ਹੈ, ਜਿੰਨੇ ਕ ਪੁਰਸ਼ ਅਕਾਲ ਪੁਰਖ ਨੂੰ ਧਿਆਵਣਗੇ, ਜਗਤ ਜੀਤ ਜਾਏ ਹੈ। ਮਹਾਰਾਜ ਕੇ ਸੰਸਾਰ ਦੇ ਵਿੱਚੋਂ ਕਹਿੰਦੇ ਜਿੱਤ ਕੇ ਜਾਣਗੇ, ਉਹ ਕਾਲ ਦੇ ਅਧੀਨ ਹੋ ਕੇ ਨਹੀਂ ਜਾਣਗੇ। ਹਰ ਕੇ ਸੇਵਕ ਜੋ ਹਰ ਭਾਈ, ਜਿਨਕੀ ਕਥਾ ਨਰਾਰੀ ਰੇ, ਆਵੈ ਨ ਜਾਏ ਨ ਕਮਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਜਿਹੜੀ ਮੌਤ ਹੈ ਨਾ ਉਹ ਉਹਨਾਂ ਨੂੰ ਅਮਰ ਅਮਨਾਸ਼ੀ ਕਰ ਦਿੰਦੀ ਹੈ, ਜਿੱਥੇ ਸੋਹਣੀ ਜਗ੍ਹਾ ਉੱਥੇ ਲੈ ਜਾਂਦੀ ਹੈ। ਬਾਕੀ ਜੀਵਾਂ ਨੂੰ ਇਹ ਜਿਹੜੀ ਮੌਤ ਹੈ ਮਾਰਦੀ ਹੈ, ਪਰਮੇਸ਼ਰ ਦੇ ਪਿਆਰਿਆਂ ਨੂੰ ਜਿਹੜੀ ਮੌਤ ਹੈ ਮਾਰਦੀ ਨਹੀਂ ਹੈ, ਸਗੋਂ ਪਰਮੇਸ਼ਰ ਕੋਲ ਲੈ ਜਾਂਦੀ ਹੈ। ਜਿਵੇਂ ਉਹ ਸ਼ੇਰਨੀ ਦੇ ਜਿਹੜੇ ਬੱਚੇ ਹੁੰਦੇ ਹੈ, ਇਸ ਮੂੰਹ ਦੇ ਨਾਲ ਹੋਰ ਜੀਵਾਂ ਨੂੰ ਉਹ ਸ਼ੇਰਨੀ ਮਾਰ ਮਾਰ ਕੇ ਪਾੜ ਪਾੜ ਕੇ ਸਿੱਟੀ ਜਾਂਦੀ ਹੈ, ਪਰ ਆਪਣੇ ਆਪ ਬੱਚਿਆਂ ਨੂੰ ਜੇ ਜੰਗਲ ਨੂੰ ਅੱਗ ਬੀਜੀ ਲਾ ਕੇ ਉਸੇ ਮੂੰਹ ਨਾਲ ਚੁੱਕ ਕੇ ਜਿੱਥੇ ਅੱਗ ਨਹੀਂ ਹੁੰਦੀ ਲੱਗੀ ਉੱਥੇ ਲੈ ਜਾਂਦੀ ਪਾਣੀ ਦੇ ਕਿਨਾਰੇ, ਹੈ ਤਾਂ ਉਹੀ ਸ਼ੇਰਨੀ ਦਾ ਮੂੰਹ। ਪਰ ਇਸ ਤਰ੍ਹਾਂ ਹੀ ਕਹਿੰਦੇ ਜਿਹੜੀ ਉਹ ਹੈ ਜਿਹੜੀ ਮੌਤ ਹੈ ਨਾ ਉਹ ਹੈ ਸ਼ੇਰਨੀ ਵਰਗੀ, ਪਰਮੇਸ਼ਰ ਦੇ ਪਿਆਰਿਆਂ ਨੂੰ ਉਹ ਇਸੇ ਮੂੰਹ ਨਾਲ ਚੁੱਕ ਕੇ ਪਰਮੇਸ਼ਰ ਕੋਲ ਸੱਟ ਕੇ ਵਿੱਚ ਲੈ ਜਾਂਦੀ ਪਹੁੰਚਾ ਦਿੰਦੀ ਹੈ। ਬਾਕੀ ਸਾਡੇ ਵਰਗਿਆਂ ਨੂੰ ਸਾਰਿਆਂ ਨੂੰ ਮੌਤ ਮਾਰਦੀ ਹੈ, ਸ਼ੇਰਨੀ ਵਾਂਗ ਪਾੜ ਪਾੜ ਖਾਂਦੀ ਹੈ। ਵਿਚਿੱਤਰ ਚਾਰ ਚਿਤਰਿਅੰ, ਹਾਂ ਵਿਚਿੱਤਰ ਚਾਰ ਚਿਤਰਿਅੰ, ਉਸ ਵਾਹਿਗੁਰੂ ਦੀ ਚਿਤਰਿਅੰ ਕੀ ਜਿਹੜੀ ਮੂਰਤੀ ਹੈ, ਚਾਰ ਸੁੰਦਰ ਹੈ ਤੇ ਬੜੀ
ਪਿਛਤਰ ਕੀ ਅਲੌਕਿਕ ਤੇ ਸ਼ਰਜੇ ਹੈ ਪਰਮ ਅੰਗ ਪਵਿੱਤਰ ਅੰਗ। ਉਹਦੀ ਜਿਹੜੀ ਤਸਵੀਰ ਹੈ, ਮੂਰਤੀ ਹੈ, ਸ਼ਕਲ ਸੂਰਤ ਹੈ, ਬੜੀ ਮਹਾਨ ਪਵਿੱਤਰ ਹੈ, ਸ਼ੁੱਧ ਹੈ। ਅਲੋਕ ਰੂਪ ਰਾਜ ਅੰਗ। ਮਹਾਰਾਜ ਕਹਿੰਦੇ ਉਹ ਕਾਲ ਪੁਰਖ ਦਾ ਜਿਹੜਾ ਸਰੂਪ ਹੈ, ਅਲੌਕ ਅਨੋਖਾ, ਰਾਜਿਓ ਕੀ ਬਰਾਜ ਰਿਹਾ ਸਜ ਰਿਹਾ ਹੈ। ਸੁਣੇ ਸੋ ਪਾਪ ਭਾਜੇ ਅੰਗ। ਐਸੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੁਣ ਕੇ ਜਿਹੜੇ ਪਾਪ ਕਿਧਰੇ ਭੱਜ ਜਾਂਦੇ ਹੈ, ਪਾਪੀ ਵੀ ਦੌੜ ਜਾਂਦੇ ਹੈ, ਖੜਦੇ ਨਹੀਂ ਹੈ। ਵਿਸਾਲ ਲਾਲ ਲੋਚਨ। ਹੋ ਅਕਾਲ ਪੁਰਖ ਵਾਹਿਗੁਰੂ ਦੇ ਕਹਿੰਦੇ ਬੜੇ ਭਾਰੀ ਲਾਲ ਨੇਤਰ ਹਨ, ਬੇਅੰਤ ਪਾਪ ਮੋਚਨ। ਪ੍ਰੇਮ ਦੀ ਲਾਲੀ ਹੈ ਵਾਹਿਗੁਰੂ ਦੇ ਨੇਤਰਾਂ ਵਿੱਚ, ਪ੍ਰੇਮ ਰੂ ਲਾਲੀ ਦੇ ਨਾਲ ਤੱਕਦਾ ਸਭ ਨਾਲ, ਤੇ ਬੇਅੰਤ ਪਾਪਾਂ ਦੇ ਉਹ ਮੋਚਨੋ ਕੀ ਕੱਟਣ ਵਾਲਾ, ਨਾਸ ਕਰ ਦੇਣ ਵਾਲਾ ਹੈ। ਚਮਕ ਚੰਦਰ ਚਾਰਿਆਂ। ਫਿਰ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਮੁੱਖ ਦੀ ਚਮਕ ਦਮਕ ਹੈ, ਉਹ ਚੰਦਰਮਾ ਨਾਲੋਂ ਵੀ ਕਹਿੰਦੇ ਚਾਰੋਂ ਕੀ ਸ੍ਰੇਸ਼ਟ ਸੁੰਦਰ ਹੈ। ਅਗੀ ਅਨੇਕ ਤਾਰੇ ਅੰਗ। ਜਿਸਨੇ ਅਨੇਕਾਂ ਪਾਪੀਆਂ ਨੂੰ ਤਾਰ ਦਿੱਤਾ ਹੈ, ਤਾਰ ਦੇਵੇਗਾ, ਉਹ ਐਸਾ ਹੈ ਵਾਹਿਗੁਰੂ ਮਹਾਨ। ਰਸਾਵਲ ਛੰਦ ਜਿਤੇ ਲੋਕ ਪਾਲਨ। ਫਿਰ ਉਸੇ ਪ੍ਰਕਰਣ ਵਿੱਚ ਆਉਂਦੇ ਹੈ ਖਾਲਸਾ, ਜਿੰਨੇ ਆ ਅੱਠ ਲੋਕ ਪਾਲ ਹਨ, ਅੱਠ ਦਿਗ ਪਾਲ ਹਨ, ਤਿਤੇ ਜੇਰ ਕਾਲੰ, ਉਤਨੇ ਪਾਲ ਸਾਰੇ ਹੀ ਕਾਲ ਦੇ ਅਧੀਨ ਹਨ, ਮੌਤ ਦੇ ਅਧੀਨ ਹਨ। ਜਿਤੇ ਸੂਰ ਚੰਦਰੰ। ਹੋਰ ਤਾਂ ਹੋਰ ਕੀ, ਜਿਹੜੇ ਆਕਾਸ਼ ਵਿਚ ਚੰਦਰਮਾ ਤੇ ਸੂਰਜ ਹਨ ਦਿਸ ਰਹੇ। ਕਹਾ ਇੰਦਰ ਬ੍ਰਿੰਦੰ। ਯੋ ਕਹਿੰਦੇ ਇੰਦਰ ਹਨ, ਤੇ ਕੀ ਬਿੰਦਰੋ ਕੀ ਇਹ ਬਾਵਨ ਅਵਤਾਰ ਹੈ, ਜਾਂ ਜਲੰਧਰ ਦੇ ਦਹਿਲ ਦੇ ਘਰ ਵਾਲੀ ਜਿਹੜੀ ਬਰਿੰਦਰਾ ਰਾਕਸ਼ਣੀ ਸੀ, ਕਿੱਥੇ ਆ ਕਹਿੰਦੇ ਅੱਜ ਨਹੀਂ ਦਿਸ ਰਹੀ ਆ, ਸਭ ਮੌਤ ਦੇ ਮਾਰੇ ਪਏ ਆ, ਚੰਦਰਮਾ ਸੂਰਜ ਇੰਦਰ ਤੇ ਬਾਵਨ ਅਵਤਾਰ ਬਰਿੰਦਰਾ ਰਾਕਸ਼ਣੀਆਂ ਵਰਗੀਆਂ। ਭੁਜੰਗ ਪ੍ਰਿਆਤ ਛੰਦ ਫਿਰਾ ਚੌਦਹੂ ਲੋਕ ਅੰਕਾਲ ਚੱਕਰੰ। ਉਹ ਵਾਹਿਗੁਰੂ ਦਾ ਜਿਹੜਾ ਕਾਲ ਰੂਪੀ ਚੱਕਰ ਹੈ, ਹੁਕਮ ਰੂਪੀ ਚੱਕਰ ਹੈ, ਇੱਕ ਥਾਂ ਨੀ ਦੋ ਥਾਂ ਨੀ ਕਹਿੰਦੇ 14 ਲੋਕਾਂ ਵਿੱਚ ਹੀ ਫਿਰ ਰਿਹਾ, ਘੁੰਮ ਰਿਹਾ। ਸਭ ਨਾਥ ਨਾਥੇ ਭ੍ਰਮੰ ਭੌਹ ਬਕਰੰ। ਉਸ ਵਾਹਿਗੁਰੂ ਨੇ ਜਿੰਨੇ ਸਾਰਿਆਂ ਦੇ ਮਾਲਕ ਨੇ ਨੱਸ ਲਏ ਹੈ, ਪਰਮ ਪਹੁ ਬਕਰਮ, ਇਸ ਤਰ੍ਹਾਂ ਕਹਿੰਦੇ ਟੇਢੀਆਂ ਜਿਹੜੀਆਂ ਪੋਹਾਂ ਹਨ ਉਹਨਾਂ ਨੂੰ ਭਰਮ ਕੀਏ ਭਰਮਾ ਕੇ, ਟੇਢੀਆਂ ਪੋਹਾਂ ਨੂੰ ਭਰਮਾ ਕੇ ਕਰਕੇ ਸਾਰੇ ਜਿਹੜੇ ਨਾਲ ਸੀ ਉਹਨਾਂ ਨੂੰ ਨੱਥ ਲਿਆ, ਅਧੀਨ ਕਰ ਲਿਆ ਉਸਨੇ। ਕਹਾ ਰਾਮ ਕ੍ਰਿਸ਼ਨੰ ਕਹਾ ਚੰਦਰ ਸੂਰੰ। ਕੀ ਉਹਦੇ ਅੱਗੇ ਰਾਮ ਤੇ ਕ੍ਰਿਸ਼ਨ ਹਨ, ਕੀ ਹਨ ਉਹਦੇ ਅੱਗੇ ਚੰਦਰਮਾ ਸੂਰਜ ਵਰਗੇ। ਸਭ ਕਾਲ ਸਭ ਹਾਥ ਬਾਦੇ ਖਰੇ ਕਾਲ ਹਜ਼ੂਰ। ਕਹਿੰਦੇ ਖਾਲਸਾ ਜੀ ਸਾਰੇ ਹੱਥ ਕੇ ਹੱਥ ਬੰਨ ਕੇ ਹੱਥ ਜੋੜ ਕੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਵਿੱਚ ਖੜੋਤੇ ਹੈ, ਮਾਰਾ ਆਪਣੀ ਮੌਤ ਸਾਨੂੰ ਇਹ ਬਚਾ ਲਾ, ਇਹ ਮਹਾਕਾਲ ਤੋਂ ਬਚਾ ਲਾ, ਇਹ ਸਾਨੂੰ ਮਾਰੂਗਾ। ਸਵੈਯਾ ਕਾਲ ਹੀ ਪਾਏ ਭਇਓ ਭਗਵਾਨ ਸੋ। ਹੋਰ ਕਹਿੰਦੇ ਸਪਸ਼ਟ ਖਾਲਸ
ਕਾਲ ਹੀ ਪਾਏ, ਸਮਾਂ ਪਾ ਕੇ ਜਾਂ ਕਾਲ ਪੁਰਖ ਦਾ ਅਕਾਲ ਪੁਰਖ ਦਾ ਉਹ ਹੁਕਮ ਪਾ ਕੇ ਜਾਂ ਉਹ ਕਾਲ ਦਾ ਹੀ ਇਸ਼ਾਰਾ ਪਾ ਕੇ ਜਿਹੜਾ ਦੁਨੀਆਂ ਵਿੱਚ ਭਗਵਾਨ ਕਿਹਾ ਜਾਂਦਾ ਵਿਸ਼ਨੂੰ, ਉਹ ਕੋਇਆ ਹੈ। ਜਾਗਤ ਯਾ ਜਗ ਕਾ ਜਾਗਤ ਯਾ ਜਗ ਜਾ ਕੀ ਕਲਾ ਹੈ। ਹਾਂ, ਜਿਸ ਦੀ ਕਹਿੰਦੇ ਸੰਸਾਰ ਦੇ ਵਿੱਚ ਜਿਹੜੀ ਕਲਾ ਜਾਗਦੀ ਹੈ, ਪ੍ਰਕਾਸ਼ ਦੀ ਹੈ, ਉਹ ਵੀ ਅਕਾਲ ਪੁਰਖ ਦੀ ਆਗਿਆ ਪਾ ਕੇ ਜਾਂ ਇਸੇ ਤਰ੍ਹਾਂ ਸਮਾਂ ਪਾ ਕੇ ਭਗਵਾਨ ਵਿਸ਼ਨੂੰ ਹੋਇਆ, ਜਿਸ ਦੀ ਸੰਸਾਰ ਦੇ ਵਿੱਚ ਕਲਾ ਜਾਗਦੀ ਹੈ, ਪ੍ਰਕਾਸ਼ ਦੀ ਹੈ। ਕਾਲ ਹੀ ਪਾਏ ਭਇਓ ਬ੍ਰਹਮਾ ਸਿਵ। ਇਸੇ ਤਰ੍ਹਾਂ ਸਮਾਂ ਪਾ ਕੇ ਅਕਾਲ ਪੁਰਖ ਦੀ ਆਗਿਆ ਪਾ ਕੇ ਉਹਦਾ ਇਸ਼ਾਰਾ ਪਾ ਕੇ ਇਹ ਦੁਨੀਆਂ ਦੇ ਵਿੱਚ ਬ੍ਰਹਮਾ ਪੈਦਾ ਹੋਇਆ ਤੇ ਸ਼ਿਵ ਜੀ ਵੀ ਹੋਇਆ ਹੈ। ਕਾਲ ਹੀ ਪਾਏ ਭਇਓ ਜੁਗੀਆ। ਅਕਾਲ ਪੁਰਖ ਦੀ ਆਗਿਆ ਪਾ ਕੇ ਇਸ਼ਾਰਾ ਪਾ ਕੇ ਜਿਹੜਾ ਜੋਗੀ ਮਛਿੰਦਰ ਹੈ ਉਹ ਹੋਇਆ ਹੈ, ਜਾਂ ਜੁਗੀਆ ਜਿਹੜਾ ਗੋਰਖਨਾਥ ਹੋਇਆ ਹੈ। ਕਾਲ ਹੀ ਪਾਏ ਸੁਰਾਸਰ ਗੰਧਰਵ। ਸਮਾਂ ਪਾ ਕੇ ਅਕਾਲ ਪੁਰਖ ਦੀ ਆਗਿਆ ਇਸ਼ਾਰਾ ਪਾ ਕੇ ਦੇਵਤੇ ਦੈਂਤ ਤੇ ਗੰਧਰਵ ਹੋਏ ਹਨ। ਜਛ ਭੁਜੰਗ ਦਿਸ਼ਾ ਬੇਦਿਸ਼ਾ ਹੈ। ਇਸੇ ਤਰ੍ਹਾਂ ਕਬੀਰ ਦੇ ਜਿਹੜੇ ਸੇਵਕ ਜਛ ਹੈ, ਹੋਰ ਜਿਹੜੇ ਭੁਜੰਗ ਸ਼ੇਸ਼ ਨਾਗ ਵਰਗੇ, ਤਛਕ ਤੇ ਬਾਸ਼ਪ ਨਾਰ ਵਰਗੇ, ਦਿਸ਼ਾ ਦੇ ਚਾਰੇ ਦਿਸ਼ਾ ਦੇ ਚਾਰੇ ਵਿਦਿਸ਼ਾ ਦੇ ਚਾਰੇ ਨੁਕਰਾਂ ਦੇ ਜੀਵ ਹੋਏ ਹੈ, ਚਾਹੇ ਦਿਸ਼ਾ ਵਿੱਚ ਵੀ ਉਹ ਵਾਹਿਗੁਰੂ ਦੀ ਆਗਿਆ ਪਾ ਕੇ ਹੀ ਹੋਈਆਂ। ਔਰ ਸੁਕਾਲ ਸਭ ਬਸ ਕਾਲ ਕੇ। ਮਹਾਰਾਜ ਕਹਿੰਦੇ ਖਾਲਸਾ ਜੀ, ਸੱਚ ਤਾਂ ਇਹ ਹੈ, ਹੋਰ ਜਿੰਨੇ ਵੀ ਭਲੀ ਪ੍ਰਕਾਰ ਕਹਿੰਦੇ ਸਾਰੇ ਕਹਿੰਦੇ ਕਾਲ ਦੇ ਅਧੀਨ ਹਨ, ਸਮੇਂ ਅਨੁਸਾਰ ਸਾਰੇ ਔਰ ਹੀ ਸੋ ਕਾਲ, ਸਮੇਂ ਅਨੁਸਾਰ ਸਾਰੇ ਕਹਿੰਦੇ ਕਾਲ ਦੇ ਬਸ ਹਨ, ਕਿਲ ਦੇ ਅਧੀਨ ਹਨ। ਇੱਕ ਹੀ ਕਾਲ ਅਕਾਲ ਸਦਾ ਹੈ। ਇੱਕੋ ਇੱਕ ਜਿਹੜਾ ਕਾਲ ਕੀ ਅਕਾਲ ਪੁਰਖ ਹੈ, ਉਹ ਹਮੇਸ਼ਾ ਅਕਾਲ ਹੈ, ਕਾਲ ਤੋਂ ਰਹਿਤ ਹੈ। ਭੁਜੰਗ ਪਰਿਆਤ ਛੰਦ ਨਮੋ ਦੇਵ ਦੇਵੰ ਨਮੋ ਖੜਗ ਧਾਰੰ। ਉਹ ਜੋ ਦੇਵਤਿਆਂ ਦਾ ਦੇ ਪ੍ਰਕਾਸ਼ਕ ਵਾਹਿਗੁਰੂ ਹੈ, ਉਸਨੂੰ ਨਮਸਕਾਰ ਹੈ। ਇਸ ਨੇ ਕਹਿੰਦੇ ਖੜਗ ਧਾਰਨ ਕੀਤਾ, ਸ੍ਰੀ ਸਾਹਿਬ ਪਹਿਨਿਆ ਹੋਇਆ ਹੈ ਦੁਸ਼ਟਾਂ ਦਾ ਨਾਸ਼ ਕਰਨ ਲਈ, ਖੜਕੇ ਤਮੈ ਸ਼ਰਨ ਤਿਹਾਰੀ, ਨੂੰ ਨਮਸਕਾਰ ਹੈ ਸਾਡੀ। ਸਦਾ ਏਕ ਰੂਪੰ ਸਦਾ ਨਿਰਵਿਕਾਰ। ਇੱਕੋ ਇੱਕ ਅਦਵੈਰ ਸਰੂਪ ਹੈ ਸਦਾ, ਕਹਿੰਦੇ ਜਿਹੜੇ ਛੇਤਰਾਂ ਦੇ ਵਿਕਾਰ ਹਨ ਉਹਨਾਂ ਤੋਂ ਰਹਿਤ ਹੈ। ਨਮੋ ਰਾਜਸੰ ਸਾਤਕੰ ਤਾਮਸਿਅੰ। ਜੋ ਰਜੋ ਗੁਣੀ ਸੁਭਾਅ ਵਾਲਾ ਹੈ, ਸਾਤਕ ਸਤੋ ਗੁਣੀ ਸੁਭਾਅ ਵਾਲਾ ਹੈ, ਤੇ ਤਾਮਸਿਅੰ ਤਮੋ ਗੁਣੀ ਗੁਸੈਲੇ ਸੁਭਾਅ ਵਾਲਾ ਹੈ, ਸ਼ਾਂਤ ਸੁਭਾਅ ਵਾਲਾ ਹੈ, ਰਾਜਸੀ ਲੋ ਲਾਜ ਸੁਭਾਅ ਵਾਲਾ, ਉਸ ਨੂੰ ਨਮਸਕਾਰ ਹੈ। ਨਮੋ ਨਿਰਵਿਕਾਰੰ ਨਮੋ ਨਿਰਜੁਰੇਯੰ। ਜਿਹੜਾ ਖੱਟ ਵਿਕਾਰਾਂ ਤੋਂ ਰਹੇ ਉਸ ਨੂੰ ਨਮਸਕਾਰ ਹੈ, ਜੋ ਜੁਰੇਯੰ ਜੁਰਾਦਕ ਰੋਗ ਤਾਪ ਆਦਿਕਾਂ ਤੋਂ ਰਹੇ
ਬੁਢੇ ਫੇਰ ਤੋਰ ਹੈ ਤੇ ਨਮਸਕਾਰ ਉਸ ਵਾਹਿਗੁਰੂ ਨੂੰ ਹੈ ਰਸਾਵਲ ਛੰਦ ਨਮੋ ਬਾਣ ਪਾਨੰ। ਇਸੇ ਤਰ੍ਹਾਂ ਜਿਸਨੇ ਆਪਣੇ ਹੱਥ ਵਿਚ ਤੀਰ ਧਾਰਨ ਕੀਤਾ ਹੋਇਆ ਵੈਸੇ ਪਰਮੇਸ਼ਰ ਨੂੰ ਨਮਸਕਾਰ ਹੈ। ਨਮੋ ਨਿਰਭਿਆਨੰ, ਜਿਹੜਾ ਨਿਰਭਿਆਨ ਉੱਤੇ ਜਈਆ ਉਡਾਇਆ ਹੋਇਆ, ਅੱਧਾ ਜਈਆ ਉੱਪਰੋਂ ਉਡਾਇਆ ਹੋਇਆ, ਨਿਰਭਿਆਨ ਭੈ ਤੋਂ ਰਹਿਤ ਜਿਹੜਾ ਵਾਹਿਗੁਰੂ ਹੈ, ਨਿਰਭੈ ਸਰੂਪ ਉਸ ਨੂੰ ਨਮਸਕਾਰ ਹੈ। ਨਮੋ ਦੇਵ ਦੇਵੰ, ਉਹ ਜਿਹੜਾ ਦੇਵਤਿਆਂ ਦਾ ਵੀ ਦੇਵ ਪੂਜਨੀਕ ਹੈ ਜਾਂ ਪ੍ਰਕਾਸ਼ਕ ਹੈ, ਉਸਦਾ ਹੀ ਨਮਸਕਾਰ ਹੈ। ਭਵਾਨੰ ਭਵੇਯੰ, ਹਾਂ ਭਵਾਨ ਕੀ ਹੈ ਸੰਸਾਰ ਦੇ ਵਿਚ, ਜੋ ਕਹਿੰਦੇ ਇਸ ਤਰ੍ਹਾਂ ਹੈ ਪੂਰਨ ਰੂਪ ਦੇ ਵਿਚ ਭਵੇਯੰ ਕੀ ਇਹ ਹੋ ਰਹੇ ਹਨ ਸਾਰਿਆਂ ਵਿਚ, ਕਹਿੰਦੇ ਪੂਜਨੀਕ ਜੋ ਹੋ ਰਹੇ ਹਨ ਸੰਸਾਰ ਦੇ ਵਿਚ, ਪੂਜਨੀਕ ਉਪਰੋਂ ਲਾਉਣਾ ਭਵੇਯੰ ਦਾ ਅਰਥ ਹੋ ਰਹੇ ਹਨ, ਭਵਨ ਸੰਸਾਰ ਦੇ ਵਿਚ ਜਿਹੜੇ ਪੂਜਨੀਕ ਸਤਿਕਾਰਯੋਗ ਹੋ ਰਹੇ ਵਾਹਿਗੁਰੂ ਉਹਨਾਂ ਨੂੰ ਨਮਸਕਾਰ ਹੈ। ਭੁਜੰਗ ਪ੍ਰਿਆਤ ਛੰਦ ਨਮੋ ਖਗ ਖੰਡੰ ਕਿਰਪਾਨੰ ਕਟਾਰੰ। ਮਹਾਰਾਜ ਕਹਿੰਦੇ ਜਿਹੜੀ ਤਲਵਾਰ ਹੈ ਉਸਨੂੰ ਵੀ ਨਮਸਕਾਰ ਹੈ, ਜਿਹੜਾ ਖੰਡਾ ਹੈ ਉਹਨੂੰ ਵੀ ਤਾਰ ਹੈ, ਜਿਸਨੇ ਤਲਵਾਰ ਤੇ ਖੰਡਾ ਧਾਰਨ ਕੀਤਾ ਉਸ ਨੂੰ ਵਾਹਿਗੁਰੂ ਨੂੰ ਨਮਸਕਾਰ ਹੈ। ਕਿਰਪਾਨ ਕਿਰਪਾਨ ਧਾਰਿਓ ਕਰੋੜ ਪਾਪ ਢਾਰਿਓ, ਕਿਰਪਾਨ ਨੂੰ ਵੀ ਕਟਾਰ ਨੂੰ ਵੀ, ਕਿਉਂਕਿ ਇਹ ਵੀ ਮਾਰਨ ਵਾਲੀ ਹੈ, ਇਹ ਵੀ ਅਕਾਲ ਪੁਰਖ ਦਾ ਰੂਪ ਹੀ ਹੈ, ਮਾਨੋ ਜਿਹੜੀ ਸਾਰਾ ਕਿਰਪਾਨ ਮਾਰਦੀ ਹੈ। ਕਿਰਪਾਨ ਤੇ ਕਟਾਰ ਤੇ ਤਲਵਾਰ ਤੇ ਜਿਹੜਾ ਖੰਡਾ ਹੈ ਸਭ ਨੂੰ ਨਮਸਕਾਰ ਹੈ, ਜਿਹੜਾ ਹਮਾਰੇ ਪੀਰ ਹੈ। ਸਦਾ ਏਕ ਰੂਪੰ ਸਦਾ ਨਿਰਵਿਕਾਰ, ਹਮੇਸ਼ਾ ਇੱਕੋ ਅਲਵੈਤ ਰੂਪ ਹੈ, ਹਮੇਸ਼ਾ ਕਹਿੰਦੇ ਖੱਟ ਬਕਾਰਾਂ ਤੋਂ ਰਹਿਤ ਹੈ। ਨਮੋ ਬਾਣ ਪਾਨ ਨਮੋ ਦੰਡ ਧਾਰਿਅੰ, ਜਿਹਨੇ ਆਪਣੇ ਹੱਥਾਂ ਵਿਚ ਤੀਰ ਪਕੜਿਆ ਹੋਇਆ ਉਸਨੂੰ ਨਮਸਕਾਰ ਹੈ, ਇਸਨੇ ਇਸੇ ਤਰ੍ਹਾਂ ਦੰਡ ਸੋਟਾ ਧਾਰਨ ਕੀਤਾ, ਮੌਤ ਰੂਪ ਸੋਟਾ ਪਕੜਿਆ ਹੋਇਆ ਹੈ ਉਸਨੂੰ ਨਮਸਕਾਰ ਹੈ। ਜਿਨੈ ਚੌਦਹੋਂ ਲੋਕ ਜੋਤੰ ਬਿਥਾਰਿਅੰ, ਜਿਸ ਅਕਾਲ ਪੁਰਖ ਨੇ ਚੌਦਾਂ ਲੋਕਾਂ ਵਿਚ ਆਪਣੀ ਜੋਤ ਨੂੰ ਫੁਲਾਇਆ ਹੋਇਆ ਉਸਨੂੰ ਨਮਸਕਾਰ ਹੈ। ਨਮਸਕਾਰਿਅੰ ਮੋਰ ਤੀਰੰ ਤੁਫੰਗੰ, ਕਹਿੰਦੇ ਤੀਰ ਨੂੰ ਵੀ ਨਮਸਕਾਰ ਹੈ, ਵਧੂਕ ਨੂੰ ਵੀ ਮੇਰੀ ਨਮਸਕਾਰ ਹੈ, ਜੋ ਦੁਸ਼ਟਾਂ ਦੁਖੀਆਂ ਪਾਪੀਆਂ ਦਾ ਨਾਸ਼ ਕਰਨ ਵਾਲੀ ਹੈ, ਧਰਮ ਦਾ ਰਾਜ ਜ਼ੁਲਮ ਦਾ ਨਾਸ਼ ਕਰਨ ਵਾਲੀ ਹੈ ਤੀਰ ਸੰਗ, ਉਹਨੂੰ ਵੀ ਨਮਸਕਾਰ ਹੈ। ਜਾਂ ਇਹ ਤੀਰਾ ਤੁਫੰਗਾ ਜਾਂ ਧਾਰਨ ਵਾਲਾ ਜਿਹੜਾ ਸਰਗੁਣ ਸਰੂਪ ਉਸਦਾ ਉਹਨੂੰ ਨਮਸਕਾਰ ਹੈ। ਨਮੋ ਖਗ ਅਦਗੰ ਅਪੇਯੰ ਅਪੰਗੰ, ਆ ਜਿਹੜੀ ਖਗ ਹੈ ਤਲਵਾਰ ਉਸਨੂੰ ਨਮਸਕਾਰ ਹੈ, ਜੋ ਅਦਗੰ ਲਿਸ਼ਕ ਰਹੀ ਹੈ ਚਮਕ ਰਹੀ ਹੈ, ਤੇ ਅਪੇਯੂੰ ਜਿਹੜੀ ਬਿੰਨਣ ਤੋਂ ਰਹਿਤ ਹੈ, ਅਪੰਗੋਂ ਨਾਸ਼ ਤੋਂ ਰਹਿਤ ਹੈ, ਜਾਂ ਇਸੇ ਤਰ੍ਹਾਂ ਅਪੇਯੂੰ ਅਪੰਗੋਂ ਇਸ ਤਰ੍ਹਾਂ ਜਿਹੜੀ ਕਹਿੰਦੇ ਬਿੰਨਣ ਤੋਂ ਰਹਿਤ ਹੈ, ਜਾਂ ਜਿਸਨੇ ਅਪੇਯੂੰ ਵੱਖਰੇ ਵੱਖਰੇ ਰੂਪ ਧਾਰਨ ਕੀਤੇ ਭਿੰਨ ਭਿੰਨ ਰੂਪ ਕੀਤੇ ਹੈ, ਨਾਸ਼ ਤੋਂ ਰਹਿਤ ਹੈ ਭੈ ਤੋਂ ਰਹਿਤ ਉਸ ਨਮਸਕਾਰ ਹੈ।
ਨਿਸ਼ਕ੍ਰਹੀ ਸ੍ਰੀ ਸਾਹਿਬ ਨੂੰ ਗਦਾਇੰ ਗ੍ਰਿਸ਼ਟੰ ਨਮੋ ਸਹਿਥੀਅੰ। ਇਸੇ ਤਰ੍ਹਾਂ ਜਿਹੜਾ ਗਦਾ ਸ੍ਰਿਸ਼ਟ ਗਦਾ ਭਾਰੀ ਇਸ ਨੂੰ ਨਮਸਕਾਰ ਹੈ, ਜਿਹੜੀ ਨਿਰੀ ਲੋਹੇ ਦੀ ਬਣੀ ਹੋਈ ਬਰਸ਼ੀ ਉਹਨੂੰ ਨਮਸਕਾਰ ਹੈ। ਇਹ ਭਾਰੀ ਗ੍ਰਿਸ਼ਟ ਭਾਰੀ ਗੁਰਜ ਧਾਰਨ ਵਾਲੇ ਨੂੰ ਲੋਹੇ ਦੀ ਬਰਸ਼ੀ ਪੱਕਣ ਵਾਲੇ ਵਾਹਿਗੁਰੂ ਨੂੰ ਨਮਸਕਾਰ ਹੈ। ਜਿਨ੍ਹਾਂ ਤੁਲਿਯੰ ਵੀਰ ਬੀਓ ਨਾ ਬਾਯੰ। ਜਿਨ੍ਹਾਂ ਨੇ ਤੁਲ ਬਰਾਬਰ ਦਾ ਬੀਓ ਕੇ ਦੂਜਾ ਹੋਰ ਕੋਈ ਸੂਰ ਵੀਰ ਬੀਓ ਕੇ ਪੈਦਾ ਹੀ ਨਹੀਂ ਹੋਇਆ ਹੈ, ਜੰਮਿਆ ਹੀ ਨਹੀਂ ਹੈ। ਰਸਾਵਲ ਛੰਦ ਨਮੋ ਚੱਕਰ ਪਾਣੰ। ਮਹਾਰਾਜ ਕਹਿੰਦੇ ਜਿਸਨੇ ਆਪਣੇ ਹੱਥਾਂ ਵਿਚ ਹੁਕਮ ਰੂਪੀ ਚੱਕਰ ਧਾਰਨ ਕੀਤਾ ਹੈ, ਕਾਲ ਰੂਪੀ ਚੱਕਰ ਧਾਰਨ ਕੀਤਾ, ਕਾਲ ਨੂੰ ਵੀ ਆਪਣੇ ਅਧਿਐਨ ਕੀਤਾ ਹੈ, ਉਹ ਵਾਹਿਗੁਰੂ ਨੂੰ ਨਮਸਕਾਰ ਹੈ। ਅਭੂਤੰ ਭਿਆਨੰ। ਜੋ ਚੱਕਰ ਉਹਦਾ ਹੈ ਨਾ, ਕਾਲ ਰੂਪੀ ਹੁਕਮ ਰੂਪੀ ਬੜਾ ਅਚਰਜ ਤੇ ਭਿਆਨਕ ਹੈ। ਨਮੋ ਉਗਰ ਦਾੜੰ। ਇਸ ਤਰ੍ਹਾਂ ਭਿਆਨਕ ਜਿਹੜਾ ਜੜਾਂ ਵਾਲਾ ਹੈ ਉਸਨੂੰ ਨਮਸਕਾਰ ਹੈ। ਮਹਾਗ੍ਰਿਸ਼ਟ ਗਾੜੰ। ਕਹਿੰਦੇ ਜਿਹੜੀਆਂ ਜੜਾਂ ਹਨ ਮਹਾਨ, ਕਹਿੰਦੇ ਭਾਰੀ ਗਾੜੋ ਕੀ ਹੈ ਤਕੜੀਆਂ ਹਨ। ਨਮੋ ਤੀਰ ਤੋਪੰ। ਇਸੇ ਤਰ੍ਹਾਂ ਤੀਰਾਂ ਨੂੰ ਤੋਪਾਂ ਨੂੰ ਵੀ ਤੀਰ ਰੂਪ ਨੂੰ ਤੋਪ ਰੂਪ ਨੂੰ ਧਾਰਨ ਵਾਲੇ ਨੂੰ ਵੀ ਨਮਸਕਾਰ ਹੈ। ਜਿਨ੍ਹਾਂ ਸਤਰ ਖੋਪੰ। ਜਿਨ੍ਹਾਂ ਨੇ ਕਹਿੰਦੇ ਬੈਰੀਆਂ ਨੂੰ ਖੋਪੋ ਕੇ ਨਾਸ ਕਰ ਦਿੱਤਾ ਹੈ, ਖੋਪੋ ਨਾਸ ਕਰ ਦਿੱਤਾ ਹੈ, ਨਮਸਕਾਰ ਹੈ। ਨਮੋ ਧੋਪ ਪੱਟੰ। ਇਸੇ ਤਰ੍ਹਾਂ ਨਮਸਕਾਰ ਹੈ ਧੋਪ ਜਿਹੜੀ ਸਿੱਧੀ ਤਲਵਾਰ ਹੈ, ਪੱਟੋ ਜਿਹੜੀ ਕਿਰਚ ਦੀ ਸ਼ਕਲ ਵਰਗੀ ਤਲਵਾਰ ਸਿੱਧੀ ਹੈ, ਪਤਲੀ ਜੀ ਹੈ, ਉਹ ਪਤਲੀ ਜੀ ਤੇ ਸਿੱਧੀ ਕਿਰਚ ਵਰਗੀ ਤਲਵਾਰ ਉਹਨੂੰ ਪੱਟ ਪੱਟ ਸਕਿਆ ਜਾਂਦਾ, ਉਸ ਨੂੰ ਨਮਸਕਾਰ ਹੈ। ਜਿਨ੍ਹਾਂ ਦੁਸ਼ਟ ਦੱਟੰ। ਜਿਸ ਕਹਿੰਦੇ ਕਿਰਚ ਵਰਗੀ ਤਲਵਾਰ ਨੇ ਤੇ ਸਿੱਧੀ ਤਲਵਾਰ ਨੇ, ਦੁਸ਼ਟਾਂ ਨੂੰ ਕਹਿੰਦੇ ਦੱਟਿਓ ਕੀ ਹੈ, ਡਾਟਿਆ ਤਾੜਿਆ ਹੈ। ਜਿਤੇ ਸ਼ਸਤਰ ਨਾਮ। ਮਹਾਰਾਜ ਕਹਿੰਦੇ ਜਿੰਨੇ ਵੀ ਨਾਮਾਂ ਵਾਲੇ ਕੋਈ ਸ਼ਸਤਰ ਹਨ, ਨਮਸਕਾਰ ਤਾਮ ਸਾਡੀ ਤਾਂ ਉਹ ਸਾਰਿਆਂ ਨੂੰ ਕਹਿੰਦੇ ਨਮਸਕਾਰ ਹੈ, ਕਿਉਂਕਿ ਸ਼ਸਤਰ ਜਿਹੜੇ ਦੁਸ਼ਟਾਂ ਦਾ ਨਾਸ ਕਰਦੇ ਹੈ, ਧਰਮ ਦੀ ਧਰਮੀਆਂ ਦੀ ਰੱਖਿਆ ਕਰਦੇ, ਗਰੀਬਾਂ ਦੀ ਰੱਖਿਆ ਕਰਦੇ ਹੈ। ਜਿਤੇ ਅਸਤਰ ਭੇਅੰ। ਜਿਤਨੇ ਵੀ ਕਹਿੰਦੇ ਭੇਅੰ ਕੀਏ ਉਹ ਹੋਏ ਹਨ ਸ਼ਸਤਰ, ਜਾਂ ਜਿਨ੍ਹਾਂ ਦੇ ਭੇਦ ਭੇਦ ਦੇ ਵੱਖਰੇ ਵੱਖਰੇ ਭਿੰਨ ਭਿੰਨ ਦੇ ਤਰ੍ਹਾਂ ਤਰ੍ਹਾਂ ਦੇ ਜਿੰਨੇ ਵੀ ਅਸਤਰ ਹਨ ਜਿਹੜੇ ਹੱਥੋਂ ਛੱਡ ਕੇ ਚਲਾਏ ਜਾਂਦੇ ਆ, ਜਿਵੇਂ ਤੀਰ ਚਲਾਇਆ ਜਾਂਦਾ, ਚੱਕਰ ਚਲਾਇਆ ਜਾਂਦਾ, ਇਹਨਾਂ ਨੂੰ ਅਸਤਰ ਕਿਹਾ ਜਾਂਦਾ। ਕਿਉਂ ਜਿੰਨੇ ਵੀ ਅਸਤਰਾਂ ਦੇ ਕੋਈ ਭੇਦ ਹਨ, ਵੱਖਰੇ ਵੱਖਰੇ ਤਰ੍ਹਾਂ ਦੇ ਅਸਤਰ ਹਨ, ਚੱਕਰ ਤੀਰ ਵਗੈਰਾ, ਨਮਸਕਾਰ ਤੇ ਉਹਨਾਂ ਸਾਰਿਆਂ ਨੂੰ ਸਾਡੀ ਕਹਿੰਦੇ ਨਮਸਕਾਰ ਹੈ, ਅਸੀਂ ਮੱਥਾ ਟੇਕਦੇ ਹਾਂ। ਸਵੈਯਾ ਮੇਰ ਕਰੋ ਤ੍ਰਿਣ ਤੇ ਮੋਹ ਜਾ। ਵਾਹਿਗੁਰੂ ਤੁਸੀਂ ਬੜੇ ਮਹਾਨ ਹੋ, ਮੋਹ ਜਾਏ ਮੇਰੇ ਜਿਹੇ ਜਿਹੜੇ ਹਨ ਤ੍ਰਿਣ ਵਰਗੇ, ਅਕਾਲੇ ਚੀਲੇ ਵਰਗੇ ਕਮਜ਼ੋਰ ਜੇ, ਉਹਨਾਂ ਨੂੰ ਤੁਸੀਂ ਮਾਰਾ ਆਪਣਾ
ਕਿਰਪਾ ਕਰਕੇ ਬਖਸ਼ਿਸ਼ ਕਰਕੇ ਮੇਰ ਕਰੋ ਸੁਮੇਰ ਪਰਬਤ ਕਰਕੇ ਭਾਰੀ ਬਣਾ ਦੇਣਾ ਕਰਦੇ ਹੋ। ਗਰੀਬ ਨਿਵਾਜ ਨ ਦੂਸਰ ਤੋਸੋ। ਹੇ ਵਾਹਿਗੁਰੂ ਤੋਸੋ ਤੁਹਾਡੇ ਵਰਗਾ ਤੁਹਾਡੇ ਸੁਦਰਸ ਹੋਰ ਕੋਈ ਦੂਸਰਾ ਗਰੀਬਾਂ ਨੂੰ ਨਿਵਾਜਣ ਵਾਲਾ ਗਰੀਬਾਂ ਨੂੰ ਵਡਾਉਣ ਵਾਲਾ ਗਰੀਬਾਂ ਨੂੰ ਨਵਾਜਿਸ਼ ਕਰਨ ਵਾਲਾ ਬਖਸ਼ਿਆ ਕਰਨ ਵਾਲਾ ਨਹੀਂ ਇਹ ਦੁਨੀਆਂ ਵਿੱਚ। ਧੂਲ ਸਿਮੋ ਹਮਰੀ ਪ੍ਰਭ ਆਪ। ਹੇ ਪ੍ਰਭੂ ਆਪ ਧੂਲ ਹਮਰੀ ਜਿਹੜੀ ਕੋਈ ਭੁੱਲ ਗਲਤੀ ਹੈ ਉਹਨੂੰ ਮਹਾਰਾਜ ਸ਼ਿਮੋ ਕਹੀਏ ਮਾਫ ਕਰ ਦੇਵ। ਨਾ ਭੁੱਲਣ ਹਾਰ ਕਹੂੰ ਕਉ ਮੋਸੋ। ਕਿਉਂਕਿ ਮਹਾਰਾਜ ਮੋਸੋ ਕੀ ਮੇਰੇ ਵਰਗਾ ਇੱਥੇ ਕੋਈ ਵੀ ਇਸ ਤਰ੍ਹਾਂ ਭੁੱਲਣ ਵਾਲਾ ਨਹੀਂ ਹੈ ਹੋਰ ਕੋਈ ਵੱਡੀਆਂ ਭੁੱਲਾਂ ਕਰਨ ਵਾਲਾ ਨਹੀਂ ਹੈ। ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਨਿਮਰਤਾ ਹੈ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ। ਲੇਖਾ ਕਥਨ ਛੂਟੀ ਹੈ ਕਿਨ ਕਿਨ ਭੁੱਲਣ ਹਾਰ। ਬਾਕੀ ਤਾਂ ਕਹਿੰਦੇ ਜਦੋਂ ਭੁੱਲ ਗਲਤੀ ਕੋਈ ਹੋਈ ਨੀ ਗੁਨਾਹ ਹੋਇਆ ਨੀ ਫੇਰ ਕਾਹਨੂੰ ਅਰਦਾਸਾਂ ਕਰਨੀਆਂ ਵੀ ਅਸੀਂ ਭੁੱਲਣ ਹਾਰ ਹਾਂ ਜੀ ਸਾਨੂੰ ਬਖਸ਼ੋ ਜੀ। ਇੱਕ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿਧਾਂਤ ਹੈ ਵੀ ਉਗਣਾ ਤੋਂ ਰਹਿਤ ਹੋ ਕੇ ਵੀ ਫੇਰ ਵੀ ਆਪਣੇ ਆਪ ਨੂੰ ਉਗਣਾ ਵਾਲੇ ਕਬੂਲ ਕਰਨਾ ਵੀ ਮੈਂ ਮਾਰਾ ਭੁੱਲਣ ਵਾਲਾ ਤੁਸੀਂ ਭੁੱਲਾਂ ਮਾਫ ਕਰਨ ਬਖਸ਼ੋ ਜੀ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਦਿੱਲੀ ਵਿੱਚ ਗਏ ਹੈ ਇੱਥੇ ਇੱਕ ਪੀਰ ਆਇਆ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਿਆ ਮਹਾਰਾਜ ਖੁਦਾ ਦੇ ਨੇੜੇ ਕਿਵੇਂ ਛੇਤੀ ਹੋਈਦਾ ਖੁਦਾ ਛੇਤੀ ਪ੍ਰਸੰਨ ਕਿਵੇਂ ਹੁੰਦਾ ਖੁਸ਼ ਹੁੰਦਾ ਕੋਈ ਹੈ ਸਾਧਨ ਹੈ ਕੋਈ ਤਰੀਕਾ। ਮਹਾਰਾਜ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਸੁਖਾਲਾ ਹੀ ਤਰੀਕਾ ਹੈਗਾ ਵੀ ਖੁਦਾ ਬੜੀ ਛੇਤੀ ਖੁਸ਼ ਹੁੰਦਾ ਤੇ ਖੁਦਾ ਦੇ ਛੇਤੇ ਨੇੜੇ ਹੋ ਜਾਈਦਾ ਹੈ। ਕਹਿਣ ਲੱਗਾ ਫਿਰ ਮਹਾਰਾਜ ਕਿਰਪਾ ਕਰੋ ਮੈਨੂੰ ਦੱਸੋ ਢੰਗ ਤਰੀਕਾ ਸਾਧਨ। ਮਹਾਰਾਜ ਕਹਿੰਦੇ ਵੀ ਇੱਕ ਤਾਂ ਹੈ ਜੋਹਦ ਕਰੇ ਲੱਕ ਬੰਨ ਕੇ ਭਗਤੀ ਤਪੱਸਿਆ ਕਰੇ ਤੇ ਫੇਰ ਗੁਨਾਹ ਕੋਈ ਨਾ ਕਰੇ ਔਗੁਣ ਨਾ ਕਰੇ ਪਾਪ ਨਾ ਕਰੇ ਬੇਈਮਾਨੀ ਧੋਖਾ ਨਾ ਕਰੇ ਇਹ ਬੰਦਗੀ ਕਰੇ ਤੇ ਬੇਈਮਾਨੀ ਧੋਖਾ ਨਾ ਕਰੇ ਉਹਨੂੰ ਬਾਅਦ ਫਿਰ ਤੀਜਾ ਏ ਮੁੱਖ ਤੋਂ ਕਹੇ ਹੇ ਖੁਦਾ ਮੈਂ ਭੁੱਲ ਗਿਆ ਮੈਨੂੰ ਮਾਫ ਕਰ ਦੇ ਮੈਨੂੰ ਬਖਸ਼ ਲਾ। ਕਹਿਣ ਲੱਗਿਆ ਮਹਾਰਾਜ ਦੋ ਗੱਲਾਂ ਤਾਂ ਠੀਕ ਹੀ ਆ ਤੀਜੀ ਤੁਸੀਂ ਮਹਾਰਾਜ ਠੀਕ ਨਹੀਂ ਕਹੀ। ਮਹਾਰਾਜ ਕਹਿੰਦੇ ਉਹ ਕੀ ਕਹਿੰਦੇ ਵੀ ਮਹਾਰਾਜ ਜਿਹੜਾ ਤੁਸੀਂ ਕਹਿੰਦਾ ਵੀ ਖੁਦਾ ਨੂੰ ਕਹੋ ਵੀ ਮਾਫ ਕਰ ਦੇ ਮੈਂ ਭੁੱਲ ਗਿਆ ਬਖਸ਼ ਦੇ। ਕਹਿੰਦੇ ਜਦੋਂ ਭੁੱਲ ਗਲਤੀ ਤਾਂ ਕਰਨੀ ਨੀ ਮੇਰੀ ਮਾਨੀ ਗੁਨਾਹ ਕਰਨਾ ਨੀ ਫਿਰ ਰੱਬ ਨੂੰ ਕਿਉਂ ਕਹਿਣਾ ਮੈਂ ਗੁਨਾਹਗਾਰ ਹਾਂ ਮੈਂ ਭੁੱਲ ਗਿਆ ਜੀ ਮੈਨੂੰ ਮਾਫ਼ ਕਰ ਦਿਓ। ਕਹਿੰਦੇ ਮਹਾਰਾਜ ਕਹਿੰਦੇ ਇਹੀ ਧੜਕਾ ਇਹੀ ਹੁਣ ਮੈਨੂੰ ਪੱਠੇ ਪਾਉਣੇ ਹੋ। ਕਹਿੰਦਾ ਮੈਂ ਤਾਂ ਕੋਈ ਕਰਦਾ ਹੀ ਨਹੀਂ ਹੈ ਜਿਵੇਂ ਅੰਮ੍ਰਿਤ ਛਕਣ ਵਾਲੇ ਵੀ ਜਿਹੜੇ ਇਹਨਾਂ ਨੂੰ ਕਹੋ ਨਾ ਵੀ ਤੁਸੀਂ ਕੇਸ ਰੱਖੇ ਆ ਦਾੜੀ ਰੱਖੀ ਹੈ ਪਾਸ਼ਾ ਕਿਰਪਾ ਨੀ ਪਾਉਣੀ ਇੱਕ ਕੰਘਾ ਹੀ ਸਿਰ ਵਿੱਚ ਰੱਖਣਾ ਤੇਲ ਨਿਕਰ ਵੀ ਪਾਈ ਹੈ ਪੈਂਟ ਵੀ ਪਾਉਣਾ ਕਛਹਿਰੇ ਹੀ ਪਾਉਣਾ ਆ ਦੂਜੇ ਕੜੇ ਕੁੜੇ ਜੇ ਪਾਏ ਆ ਸਰਬਦੋਲਾ ਹੀ ਪਾਉਣਾ ਹੋਰ ਤਾਂ। ਉਹ ਕਹਿੰਦੇ ਜੀ ਅਸੀਂ ਮਾੜਾ ਤਾਂ ਕੁਛ ਖਾਂਦੇ ਪੀਂਦੇ ਨੀ ਮਾੜਾ ਕੁਛ ਕਰਦੇ ਨੀ ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਇਹ ਵੀ ਇਹ ਵੱਡਾ ਅੜਿੱਕਾ ਹੈ ਵੀ ਉਹ
ਜਦੋਂ ਤੁਸੀਂ ਅਮਰ ਛਕ ਲਓਗੇ ਉਦੋਂ ਬਣ ਜਾਓਗੇ ਗੁਰੂ ਵਾਲੇ। ਜਿੰਨਾ ਚਿਰ ਤੁਸੀਂ ਅਮਰ ਛਕਦੇ ਉਨਾ ਚਿਰ ਤੁਹਾਨੂੰ ਗੁਰੇ ਹੈ, ਭਾਵੇਂ ਤੁਸੀਂ ਸ਼ਰਾਬ ਪੀਂਦੇ ਆ ਭਾਵੇਂ ਨਹੀਂ ਪੀਂਦੇ, ਭਾਵੇਂ ਤੁਹਾਡੀ ਦਾੜੀ ਰੱਖੀ ਆ ਭਾਵੇਂ ਨਹੀਂ ਰੱਖੀ, ਹੈ ਤੁਹਾਨੂੰ ਗੁਰੇ ਤੇ ਨਗੁਰੇ ਘਰ ਨਾ ਹੋ ਹੈ ਬੁਰਾ। ਮਹਾਰਾਜ ਕਹਿੰਦੇ ਨਗੁਰੇ ਦਾ ਤਾਂ ਨਾ ਹੀ ਲੈਣਾ ਮਾੜਾ ਹੈ। ਇਸ ਕਰਕੇ ਇਹ ਵੀ ਕਈ ਵਾਰੀ ਜਦੋਂ ਐਸਾ ਕਹਿਣਾ ਕੋਣਾ ਵੀ ਜਦੋਂ ਅਸੀਂ ਕੁਝ ਕਰਦੇ ਕਰਾਉਂਦੇ ਨਹੀਂ, ਖਾਂਦੇ ਪੀਂਦੇ ਨਹੀਂ, ਫੇਰ ਸਾਨੂੰ ਇਹ ਕਰਨ ਦੀ ਕੀ ਲੋੜ ਹੈ? ਇਹ ਵੀ ਸਾਨੂੰ ਹਉਮੈ ਨੂੰ ਪੱਠੇ ਪਾਉਣੇ ਆ ਵੀ ਸਾਨੂੰ ਉਹ ਹੰਕਾਰ ਹੈ ਵੀ ਸਾਨੂੰ ਗੁਰੂ ਧਾਰਨ ਦੀ ਕੋਲ ਨਹੀਂ, ਅਸੀਂ ਆਹੀ ਬਖਸ਼ੇ ਜਾਵਾਂਗੇ। ਵੀ ਬਾਕੀ ਜਿਹਨਾਂ ਨੇ ਗੁਰੂ ਕਲਗੀ ਧਰ ਜੀ ਦੇ ਅੱਗੇ ਸੀਸ ਦੇ ਕੇ ਕੰਡੇ ਬਾਟੇ ਦਾ ਅਮਲ ਲਿਆ, ਕਿੰਨੇ ਕੁ ਭਲਾ ਗੁਨਾਹਗਾਰ ਸੀ, ਕਿੰਨਾ ਕੁ ਗਲਤ ਮਲਤ ਬੋਲਦੇ ਸੀ, ਕੀ ਕਰਦੇ ਸੀ, ਉਹਨਾਂ ਵੱਲੀ ਅਸੀਂ ਦੇਖੀਏ ਅਸੀਂ ਤਾਂ ਉਗਣਾ ਨਾਲ ਭਰੇ ਪਏ ਹਾਂ। ਇਸ ਜਨਮ ਵਿੱਚ ਚਲੋ ਅਸੀਂ ਕੋਈ ਨਹੀਂ ਕਰਿਆ ਕਰਾ, ਪਿਛਲੇ ਉਗਣਾ ਅਗਲੇ ਜਨਮਾਂ ਵਿੱਚ ਕੀ ਕਰਿਆ ਕੋਈ ਪਤਾ ਹੈ? ਉਹ ਸਾਰਿਆਂ ਦਾ ਜਿਹੜਾ ਮਾਫ਼ੀ ਹੈ ਇਹ ਕੰਡੇ ਬਾਟੇ ਦਾ ਅਮਰ ਛਕਣ ਦੇ ਨਾਲ ਗੁਰੂ ਕਲਗੀਧਰ ਮਹਾਰਾਜ ਬਖਸ਼ਦੇ ਸਤਿਗੁਰ ਕਾ ਜਨਮੇ ਗਵਨ ਮਿਟਾਇਆ। ਜੇ ਜਦੋਂ ਅਮਰ ਛਕ ਕੇ ਗੁਰੂ ਘਰ ਦੇ ਵਿੱਚ ਜਨਮ ਲੈ ਲੈਂਦਾ ਨਾ, ਉਦੋਂ ਇਹਦਾ ਆਵਾਗਮਨ ਮਿਟ ਜਾਂਦਾ, 84 ਦਾ ਚੱਕਰ ਖਤਮ ਹੋ ਜਾਂਦਾ। ਇੰਨੇ ਪਿਛਲੇ ਗੁਨਾਹ ਕੀਤੇ ਆ, ਹੁਣ ਆ ਜ਼ਿੰਦਗੀ ਵਿੱਚ ਕੀਤੇ, ਸਭ ਅਮਰ ਛਕਣ ਨਾਲ ਉਹਦੇ ਮਾਫ਼ ਹੋ ਜਾਂਦੇ। ਇਹ ਕਿਉਂ ਗੁਰੂ ਕਾ ਬਣਨ ਦੇ ਨਾਲ ਇਹ ਲਾਭ ਹੁੰਦਾ ਹੈ? ਵਿੱਚ ਇਹ ਵੀ ਇਹ ਕਹਿੰਦੇ ਆ ਆਪਣੀ ਨਿਮਰਤਾ ਨਾਲ ਕਿ ਮਹਾਰਾਜ ਅਸੀਂ ਬੜੀਆਂ ਭੁੱਲਾਂ ਕਰਨ ਵਾਲੇ ਹਾਂ ਤੇ ਆਪ ਭੁੱਲਾਂ ਨੂੰ ਮਾਫ਼ ਕਰਨ ਵਾਲਾ ਮਹਾਰਾਜ ਤੁਹਾਡੇ ਵਰਗਾ ਨਹੀਂ, ਸਾਡੇ ਵਰਗਾ ਕੋਈ ਭੁੱਲਾਂ ਗਲਤੀਆਂ ਕਰਨ ਵਾਲਾ ਨਹੀਂ। ਇਹ ਨਿਮਰਤਾ ਨਾਪ ਆਪ ਕਹਿ ਰਹੇ ਆ ਸਮਰੱਥ ਸਤਿਗੁਰੂ। ਸੇਵ ਕਰੀ ਤੁਮਰੀ ਤਿੰਨਕੇ, ਵਾਹਿਗੁਰੂ ਪਰਮੇਸ਼ਰ ਸੇਵ ਕਰੀ, ਜਿਨ੍ਹਾਂ ਨੇ ਆਪ ਜੀ ਦੀ ਸੇਵਾ ਕੀ ਭਗਤੀ ਕੀਤੀ ਹੈ, ਤੁਮਰੀ ਤੁਹਾਡੀ ਤੁਹਾਡੀ ਜਿਨ੍ਹਾਂ ਨੇ ਮਹਾਰਾਜ ਸੇਵਾ ਭਗਤੀ ਕੀਤੀ ਹੈ, ਤਿੰਨਕੇ ਤਿੰਨਾਂ ਦਾ ਕਹਿੰਦੇ ਜਿਹੜਾ ਘਰ ਹੈ ਸਭ ਹੀ ਕੀ ਸਭ ਤਰ੍ਹਾਂ ਕਰਕੇ ਦਰਬ ਭਰੋਸੋ ਦੇਖੀਅਤ, ਕਹਿੰਦੇ ਧਨ ਪਦਾਰਥ ਦੇ ਨਾਲ ਸੋਧਾਰਥ ਨਾਲ ਭਰਿਆ ਹੋਇਆ ਦੇਖੀਅਤ ਕੀ ਦੇਖਿਆ ਜਾਂਦਾ ਹੈ। ਉਹਨਾਂ ਦੇ ਜਿਹੜੇ ਘਰ ਹੈ ਧਨ ਪਦਾਰਥ ਨਾਲ ਭਰੇ ਹੋਏ ਤੱਕੇ ਜਾ ਸਕਦੇ ਜਿਨ੍ਹਾਂ ਨੇ ਤੁਹਾਡੀ ਮਾਰਾ ਸੇਵਾ ਭਗਤੀ ਕੀਤੀ ਹੈ। ਯਾ ਕਲ ਮੈਂ ਸਭ ਕਾਲ ਕਿਰਪਾਨ ਕੇ, ਮਹਾਰਾਜ ਕਹਿੰਦੇ ਜਾ ਕਲ ਮੈਂ ਸਮੇਂ ਦੇ ਵਿੱਚ ਜਿੰਨੇ ਵੀ ਆ ਜੀਵ ਜੰਤ ਹੈ ਸਾਰੇ ਜਿਹੜਾ ਕਿਰਪਾਨ ਧਾਰੀ ਹੈ ਕਾਲ ਪੁਰਖ ਹੈ ਉਹਦੇ ਅਧੀਨ ਹਨ। ਭਾਰੀ ਪੁਜਾਨ ਕੋ ਭਾਰੀ ਭਰੋਸੋ, ਇਸ ਸਮੇਂ ਦੇ ਵਿੱਚ ਜਿਸ ਕਿਰਪਾਨ ਧਾਰੀ ਦੇ ਸਾਰੇ ਅਧੀਨ ਹੈ ਉਹ ਕਾਲ ਪੁਰਖ, ਕਹਿੰਦੇ ਭਾਰੀ ਪੁਜਾਨ ਕੋ ਭਾਰੀ ਭਰੋਸੋ। ਸਾਰੀ ਭਾਰੀ ਪੂਜਾ ਵਾਲਾ ਜਿਹੜਾ ਵਾਹਿਗੁਰੂ ਹੈ ਉਹਦਾ ਸਾਨੂੰ ਕਹਿੰਦੇ ਭਾਰੀ ਭਰੋਸੋ ਕੀ ਭਰੋਸਾ ਹੈ, ਉਹਦੇ ਤੇ ਬੜਾ ਭਾਰੀ ਯਕੀਨ ਹੈ ਜੋ ਭਾਰੀਆਂ ਵਾਲਾ ਵਾ। ਇਸੇ ਤਰ੍ਹਾਂ ਜੋ ਇਸ ਸਮੇਂ ਦੇ ਵਿੱਚ ਕਹਿੰਦੇ ਜਿਹੜਾ ਕਾਲ ਪੁਰਖ ਹੈ ਕਿਰਪਾਨ ਸ੍ਰੀ ਸਾਹਿਬ ਧਾਰਨ ਵਾਲਾ ਹੈ ਉਹਦਾ ਸਾਨੂੰ
ਕਹਿੰਦੇ ਬੜਾ ਤਕੜਾ, ਕਹਿੰਦੇ ਭਾਰੀ ਭਰੋਸਾ ਹੈ, ਉਹ ਭਾਰੀ ਭੁਜਾਵਾਂ ਵਾਲਾ, ਭਾਰੀ ਬਾਹਾਂ ਵਾਲਾ, ਇਹਦਾ ਭਾਰੀ ਭਰੋਸਾ ਹੈ, ਯਕੀਨ ਹੈ। ਸੁੰਭ ਨਸੁੰਭ ਸਕੋਟ ਨਸਾਚਰ, ਉਹ ਅਕਾਲ ਪੁਰਖ ਵਾਹਿਗੁਰੂ ਨੇ ਜਿਹਦਾ ਸਾਨੂੰ ਭਾਰੀ ਭਰੋਸਾ ਹੈ ਨਾ, ਉਸਨੇ ਕਹਿੰਦੇ ਸੁੰਭ ਤੇ ਨਸੁੰਭ ਵਰਗੇ ਕਰੋੜਾਂ ਜਿਹੜੇ ਦੈਂਤ ਹਨ ਲਾਖ ਜਾਨ। ਜਾਹਿਸ਼ ਨੇਕ ਵਿਖੇ ਹਨ ਡਾਰੇ, ਉਸਨੇ ਕਲਾ ਵਰਤਾ ਕੇ ਕਿਸ਼ਨ ਦੇ ਵਿੱਚ ਹੀ ਮਾਰ ਮਾਰ ਕੇ ਸਿੱਟ ਦਿੱਤੇ। ਧੂਮਰ ਲੋਚਨ ਚੰਡ ਓ ਮੁੰਡ ਸੇ, ਜਿਹੀਆਂ ਧੂਏ ਵਰਗੀਆਂ ਅੱਖਾਂ ਸੀ ਕਾਲੀਆਂ, ਉਹ ਦੈਂ ਧੂਮਰ ਤੇ ਚੰਡ ਤੇ ਮੁੰਡੇ ਦੈਂਤਾਂ ਦੇ ਨਾਂ ਹੈ। ਮਹਿਕਾਸਰ ਜੀ ਦਾ ਝੋਟੇ ਵਰਗਾ ਸਿਰ ਸੀ, ਮਹਿਕਾਸਰ ਇਹ ਵਰਗੇ ਦੈਂਤ। ਮਹਿਕਾਸਰ ਸੇ ਪਲ ਬੀਚ ਨਿਵਾਰੇ, ਮਹਿਸਕ ਜਿਹੜੇ ਦੈਂਤ ਸਾਰੇ ਪਲਦੇ ਸੀ, ਕਦੇ ਉਹਨੇ ਨਿਵਰਤ ਕਰਦੇ, ਉਹਨੇ ਸੋਧਾ ਲਾਤਾ। ਚਾਮਰ ਸੇ ਰਣ ਚਿੱਛਰ ਸੇ, ਹਾਂ ਚਾਮਰ ਇੱਕ ਦੈਂਤ ਦਾ ਨਾਮ ਹੈ, ਚਾਮਰ ਕਰਕੇ ਦੈਂਤ ਰਣ ਚਿੱਛਰ। ਇਸੇ ਤਰ੍ਹਾਂ ਹਾਇਕ ਜਿਹੜੀਆਂ ਅੱਖਾਂ ਦੇ ਉਹ ਨਿਗਾਹ ਨਾਲ ਜੀ ਉਹ ਮਰ ਜਾਂਦਾ ਸੀ ਮਨੁੱਖ, ਉਹਨੂੰ ਰਣਚਿੱਛਰ ਦੈਂਤ ਕਿਹਾ ਜਾਂਦਾ ਸੀ। ਜਿਹੜਾ ਨਿਗਾਹ ਨਾਲ ਝਾਕਦਾ ਨੀ ਕਿਸੇ, ਉਹਦਾ ਹੀ ਉਹ ਮਰ ਜਾਂਦਾ ਸੀ, ਹੋਰ ਕੋਈ ਮਾਰ ਨੀ ਲੋੜ ਸੀ। ਇਹ ਚਿੱਛਰ ਦੈਂਤ ਦਾ ਲਾਗ ਚਾਮਰ ਸੇ ਰਣਚਿੱਛਰ ਸੇ, ਰਕ ਤਿੱਛਰ ਸੇ ਝੱਟ ਕੈ ਝਜਕਾਰੇ, ਜਿਵੇਂ ਲਾਲ ਲਹੂ ਹੁੰਦਾ, ਇਹੋ ਜਿਹੀਆਂ ਲਹੂ ਵਰਗੀਆਂ ਲਾਲ ਅੱਖਾਂ ਵਾਲਾ ਅੱਖ, ਅਰਣ ਅਕਸ਼ ਦੈਂਤ ਦਾ ਨਾਂ ਸੀ, ਇਹਨੂੰ ਵੀ ਦੇਵੀ ਨੇ ਮਾਰਿਆ ਸੀ। ਉਹ ਲਾਲ ਅੱਖਾਂ ਵਾਲਾ ਜਿਹੜਾ ਸੀ, ਜਿਹੜਾ ਨਿਗਾਹ ਨਾਲ ਹੀ ਝੱਕ ਕੇ ਮਾਰ ਦਿੰਦਾ ਸੀ ਦੈਂਤ, ਜਿਹੜਾ ਚਾਮਰ ਸੀ ਦੈਂਤ, ਉਹ ਸਾਰਿਆਂ ਨੂੰ ਝੱਟ ਦੇ ਗਏ। ਕਹਿੰਦੇ ਝਟਕਾਰੇ ਝਟਕਾ ਦਿੱਤੇ ਜਿਸਨੇ, ਤੇ ਝਟਕਾਰੇ ਦਾ ਝਟਕਾਰੇ ਪਾਠ ਸ਼ੁੱਧ ਹੈ, ਤੇ ਜਾ ਤੇ ਟੈਂਕਾ ਗਏ ਝਟਕਾਰੇ ਝਟਕ ਦਿੱਤੇ ਝਟਕਾ ਦਿੱਤੇ। ਐਸੋ ਸੋ ਸਾਹਿਬ ਪਾਏ ਕਹਾ, ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਜਿਹੜਾ ਉਹ ਮਾਲਕ ਉਸਨੂੰ ਪਾ ਕੇ ਪ੍ਰਾਪਤ ਕਰਕੇ, ਪਰਵਾਹ ਰਹੀ ਇਹ ਦਾਸ ਤਿਹਾਰੇ, ਇਹ ਤੁਹਾਡੇ ਦਾਸ ਨੂੰ ਕਹਿੰਦੇ ਹੋਰ ਕਿਸੇ ਦੀ ਕੀ ਪਰਵਾਹ ਰਹੀ ਹੈ, ਕਿਸੇ ਦੀ ਕੀ ਪਰਵਾਹ, ਆਪ ਸਾਨੂੰ ਮਾਰਾ, ਹੁਣ ਹੋਰ ਕਿਸੇ ਦੀ ਕੋਈ ਪਰਵਾਹ ਨਹੀਂ ਹੈ, ਅਸੀਂ ਤੁਹਾਨੂੰ ਪ੍ਰਾਪਤ ਕਰਕੇ ਹਰ ਪਾਸੇ ਤੋਂ ਬੇਪਰਵਾਹ ਹੋ ਗਏ ਹਾਂ। ਇਹ ਗੁਰੂ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਵਡਿਆਈ ਕਰਕੇ ਮਹਾਨਤਾ ਦੱਸ ਕੇ ਆਪਣੇ ਵੱਲੋਂ ਆਪਣਾ ਜਿਹੜਾ ਭਰੋਸਾ ਯਕੀਨ ਹੈ ਜਨਾਇਆ ਹੈ, ਤੇ ਨਾਲ ਇਹ ਦਰਸਾਇਆ ਵੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਭਰੋਸੇ ਵਿੱਚ ਰਹਿੰਦਾ ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਉਹ ਬੇਪਰਵਾਹ ਰਹਿੰਦਾ ਹੈ। ਇਸੇ ਕਰਕੇ ਆਪ ਜੀ ਨੇ ਉਹ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਖੂਹ ਆਂਕ ਤਰੀ ਨੀ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ, ਸਿਮਰ ਸ਼ਾਸਤਰ ਬੇਰ ਸਵੈਭਵ ਭੇਰ ਕਹਿ ਹਾਂ ਏਕ ਨ ਜਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੁਹੇ ਬਖਾਨਿਓ, ਸਗਰ ਦੁਆਰ ਕੋ ਛਾੜ ਕਹਿ ਕਹੋ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਗੋਬਿੰਦ ਦਾਸ ਤੁਹਾਰ। ਆਪ ਜੀ ਨੇ ਮੁਖਾਰਤ ਯਥਾਰਥ ਵਚਨ ਕਹੇ ਹਨ।
ਉਸੇ ਪ੍ਰਕਰਣ ਅਨੁਸਾਰ ਇਸ ਸਵੀਏ ਵਿੱਚ ਆਪ ਜੀ ਨੇ ਬਚਨ ਕਹੇ ਹਨ। ਇਸ ਤੋਂ ਅਗਲੇ ਜਿਹੜੇ ਕੁਝ ਸਵੱਈਏ ਹਨ ਉਹਨਾਂ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਅਜੇ ਦੀ ਸਮਾਪਤੀ ਹੈ ਜੀ। ਚਾਮਰ ਸੇ ਰਣ ਚਿੱਛਰ ਸੇ ਰਕ ਤਿੱਛਰ ਸੇ ਝਟ ਦੈ ਝਟਕਾਰੇ ਐਸੋ ਸੋ ਸਾਹਿਬ ਪਾਏ ਕਹਾ ਪਰਵਾਹ ਰਹੀ ਇਹ ਦਾਸ ਤਿਹਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਰਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਸਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਹੋਵੇ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਦਾਰਾਧਾਰ ਹੇ ਠਾਕੁਰ ਹਾਂ ਦਾਸ ਮੈਂ ਨਿਰਗੁਣ ਗੁਣ ਨਹੀਂ ਕੋ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪੁਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ